ਦੇਖ ਰਹੇ ਹੋ ਜਸ ਟੀਵੀ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਗੱਲ ਹੋਵੇਗੀ ਬੇਅਦਬੀ ਕਾਂਡ ਦੀ। ਬਰਗਾੜੀ ਕਾਂਡ ਤੋਂ ਬਾਅਦ ਸਿਆਸਤ ਦੀਆਂ ਪਰਤਾਂ ਲਗਾਤਾਰ ਖੁੱਲਦੀਆਂ ਜਾ ਰਹੀਆਂ ਹੈਗੀਆਂ ਅਤੇ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਹੱਥੇ ਸਾਰਾ ਕੁਝ ਆਇਆ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਹੈ ਜਿਹੜੀ ਉਹ ਮੁੱਖ ਮੰਤਰੀ ਤੱਕ ਪਹੁੰਚਾ ਦਿੱਤੀ ਹੈ ਅਤੇ ਸਿਆਸਤ ਦਾ ਜਵਾਬ ਆਇਆ ਕਿ ਇਸ ਨੂੰ ਵਿਧਾਨ ਸਭਾ ਦੇ ਇਜਲਾਸ ਵਿੱਚ ਰੱਖਿਆ ਜਾਵੇਗਾ ਤਾਂ ਉਦੋਂ ਸਵਾਲ ਜਵਾਬ ਹੋਣਗੇ। ਪਰ ਇਹਨਾਂ ਸਵਾਲ ਜਵਾਬ ਤੋਂ ਪਹਿਲਾਂ ਹੀ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ, ਉਹ ਬਿਆਨ ਆਇਆ ਹਿੰਮਤ ਸਿੰਘ ਦਾ। ਹਿੰਮਤ ਸਿੰਘ ਨੇ ਕਹਿ ਦਿੱਤਾ ਕਿ ਮੇਰੇ 'ਤੇ ਦਬਾਅ ਪਾ ਕੇ ਮੈਨੂੰ ਗਵਾਹੀ ਲਈ ਮਜਬੂਰ ਕੀਤਾ ਗਿਆ ਅਤੇ ਇਸ 'ਤੇ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਰਕਾਰ 'ਤੇ ਹਮਲਾਵਰ ਹੋ ਗਿਆ, ਆਮ ਆਦਮੀ ਪਾਰਟੀ ਨੂੰ ਵੀ ਲਪੇਟੇ ਵਿੱਚ ਲੈ ਲਿਆ ਗਿਆ। ਸਵਾਲ ਬਹੁਤ ਸਾਰੇ ਉੱਠੇ ਹੈਗੇ ਆ, ਪਰ ਅਸੀਂ ਸਵਾਲ ਇੱਕ ਹੀ ਪੁੱਛਾਂਗੇ, ਕਿਸ ਦੀ ਹਿੰਮਤ ਮੁੱਕਰ ਗਈ ਹੈ? ਅੱਜ ਬਹਿਸ ਕਿਉਂ ਕਰ ਰਹੇ ਹਾਂ? ਬਹਿਸ ਇਸੇ ਕਰਕੇ ਕਰ ਰਹੇ ਹਾਂ, ਕਮਿਸ਼ਨ 'ਤੇ ਹਿੰਮਤ ਭਾਰੀ ਪੈ ਗਈ ਹੈ, ਪਤਾ ਨਹੀਂ ਕਿਹਦੀ ਹਿੰਮਤ ਭਾਰੀ ਪਈ ਹੈ। ਮਾਨਸੂਨ ਇਜਲਾਸ ਤੋਂ ਪਹਿਲਾਂ ਬੇਅਦਬੀ ਮਾਮਲੇ 'ਤੇ ਬਣੇ ਕਮਿਸ਼ਨ 'ਤੇ ਸਵਾਲ ਉੱਠ ਗਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਮੁੱਖ ਗਵਾਹ ਹਿੰਮਤ ਸਿੰਘ ਨੇ ਇਲਜ਼ਾਮ ਲਗਾ ਦਿੱਤੇ ਆ। ਇਹਨਾਂ ਇਲਜ਼ਾਮਾਂ ਦੇ ਵਿਚਾਲੇ ਸਿਆਸਤ ਸ਼ੁਰੂ ਹੋ ਗਈ। ਜਸਟਿਸ ਰਣਜੀਤ ਸਿੰਘ 'ਤੇ ਕੈਬਨਿਟ ਮੰਤਰੀ ਰੰਧਾਵਾ ਨੇ ਦਬਾਅ ਪਾ ਕੇ ਲਈ ਗਵਾਹੀ, ਇਹ ਵੀ ਹਿੰਮਤ ਸਿੰਘ ਨੇ ਕਿਹਾ। ਬਿਆਨਾਂ ਤੋਂ ਮੁੱਕਰੇ ਹਿੰਮਤ ਸਿੰਘ ਦੇ ਇਲਜ਼ਾਮਾਂ ਨੂੰ ਜਸਟਿਸ ਰਣਜੀਤ ਸਿੰਘ ਨੇ ਖਾਰਜ ਕੀਤਾ। ਸੁਭਾਵਕ ਸੀ, ਖਾਰਜ ਕਰਨਾ ਬਣਦਾ ਸੀ ਅਤੇ ਉਹਨਾਂ ਨੇ ਕੀਤਾ। ਹਿੰਮਤ ਸਿੰਘ ਝੂਠ ਬੋਲ ਰਿਹਾ, ਜਸਟਿਸ ਰਣਜੀਤ ਸਿੰਘ ਨੇ ਇਹ ਵੀ ਕਹਿ ਦਿੱਤਾ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ, ਇਹਨਾਂ ਤੋਂ ਵੀ ਬਣਦਾ ਸੀ, ਇਹਨਾਂ ਨੇ ਵੀ ਕਹਿ ਦਿੱਤਾ। ਸ਼੍ਰੋਮਣੀ ਅਕਾਲੀ ਦਲ ਸਰਕਾਰ ਖਿਲਾਫ ਹੋਰ ਹਮਲਾਵਰ ਹੋ ਗਿਆ। ਸ਼੍ਰੋਮਣੀ ਦਲ ਅਕਾਲੀ ਦਲ ਕਹਿੰਦਾ ਅਸੀਂ ਤਾਂ ਪਹਿਲੇ ਕਹਿੰਦੇ ਸੀ ਕਿ ਕਾਂਗਰਸੀ ਕਮਿਸ਼ਨ ਹੈ ਅਤੇ ਹੁਣ ਸਾਬਤ ਹੋ ਗਿਆ ਇਹ ਇਹਨਾਂ ਇਲਜ਼ਾਮਾਂ ਦੇ ਵਿਚਾਲੇ। ਹਿੰਮਤ ਸਿੰਘ ਕੀ ਕਹਿ ਰਿਹਾ, ਪਹਿਲਾਂ ਹਿੰਮਤ ਸਿੰਘ ਦੀ ਗੱਲ ਸੁਣ ਲਈਏ। ਆਪਣੀ ਗੱਡੀ ਵਿੱਚ ਬਿਠਾ ਕੇ ਉੱਥੇ ਜੋ ਕੁਛ ਵੀ ਸੀ ਇਹਨਾਂ ਲਿਖਤੀ ਤੌਰ 'ਤੇ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ, ਉਹਦੇ ਉੱਤੇ ਮੇਰੇ ਸਾਈਨ ਕਰਵਾ ਲਏ ਆ, ਮੈਨੂੰ ਪੜ੍ਹਨ ਤੱਕ ਵੀ ਨਹੀਂ ਦਿੱਤਾ ਗਿਆ। ਬਾਅਦ ਵਿੱਚ ਦੋ ਇੰਗਲਿਸ਼ 'ਤੇ ਇਹਨਾਂ ਨੇ ਕੱਢੇ ਆ ਕਾਗਜ਼ ਵਗੈਰਾ, ਉਹ ਕੱਢੇ ਆ ਅਤੇ ਉਹਨਾਂ ਉੱਤੇ ਵੀ ਮੇਰੇ ਸਾਈਨ ਕਰਵਾ ਲਿਆ। ਮੈਂ ਪੁੱਛਿਆ ਕਿ ਇਹਨਾਂ ਇਹਦੇ ਵਿੱਚ ਕੀ ਲਿਖਿਆ, ਕਹਿੰਦੇ ਥੋੜ੍ਹਾ ਜਿਹਾ ਨਿਚੋੜ ਜਿਹਾ ਆ ਰਿਪੋਰਟ ਦਾ, ਹੋਰ ਤਾਂ ਕੱਖ ਨਹੀਂ ਗਾ। ਅਤੇ ਉਹਨਾਂ ਉੱਤੇ ਮੈਨੂੰ ਕੋਈ ਪਤਾ ਨਹੀਂ ਕਿਉਂਕਿ ਮੈਨੂੰ ਤਾਂ ਇੰਗਲਿਸ਼ ਆਉਂਦੀ ਨਹੀਂ ਕੀ ਲਿਖਿਆ ਕੀ ਨਹੀਂ, ਇਸ ਕਰਕੇ ਇਹਦੇ ਨਾਲ ਤਾਂ ਮੇਰਾ ਕੋਈ ਸੰਬੰਧ ਹੀ ਨਹੀਂ। ਸਾਈਨ ਕਿਉਂ ਕੀਤੇ? ਦਬਾਅ ਜੀ ਨਹੀਂ ਕੀਤੇ, ਕਰਾਏ ਗਿਆ ਮੇਰੇ ਕੋਲੋਂ। ਦਬਾਅ ਕਿਹਦਾ ਸੀਗਾ, ਜਸਟਿਸ ਰਣਜੀਤ ਸਿੰਘ ਦਾ ਸੀਗਾ ਜਾਂ ਫਿਰ ਇਹਨਾਂ ਦਾ ਸੀਗਾ, ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਸੀਗਾ? ਦੋਨਾਂ ਦਾ ਦਬਾਅ ਸੀ ਮੇਰੇ 'ਤੇ ਜੀ, ਦਬਾਅ ਸੀਗਾ। ਕਹਿੰਦਾ ਕਹਿੰਦੇ ਦਬਾਅ ਹੈਗਾ, ਪਰ ਇਸ ਦਬਾਅ ਦੇ ਵਿਚਾਲੇ ਆ ਸਿਆਸਤ ਕਰੇਗੀ ਕੀ? ਸਵਾਲ ਇੱਕ ਹੀ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਗਵਾਹੀ ਦੇਣ ਵਾਲੇ ਹਿੰਮਤ ਸਿੰਘ ਦੇ ਇਲਜ਼ਾਮਾਂ ਦਾ ਸੱਚ ਕੀ ਹੈ? ਇਸ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ ਸਟੂਡੀਓ ਦੇ ਵਿੱਚ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਮਦਨਦੀਪ ਸਿੰਘ ਨੇ ਪੱਤਰਕਾਰ ਨੇ, ਮਦਨਦੀਪ ਨੇ ਲੰਮਾ ਸਮਾਂ ਕੰਮ ਕੀਤਾ ਹੈਗਾ ਪੱਤਰਕਾਰਤਾ ਦੇ ਵਿੱਚ ਅਤੇ ਹੁਣ ਵੀ ਕਰ ਰਹੇ ਹੈਗੇ। ਮਦਨਦੀਪ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਬਿਆਨ ਆ ਜਿਹੜੇ ਉਹ ਮੁਕਰਾਏ ਕਿਵੇਂ ਜਾਂਦੇ ਹੈਗੇ। ਮਦਨਦੀਪ ਤੁਹਾਡਾ ਬਹੁਤ ਸਵਾਗਤ ਹੈ। ਮਨਪ੍ਰੀਤ ਸਿੰਘ ਬਣੀ ਸੰਧੂ ਕਾਂਗਰਸ ਤੋਂ ਹੈ, ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਤੋਂ ਹੈ ਅਤੇ ਸਤਵੀਰ ਵਾਲੀ ਆਮ ਆਦਮੀ ਪਾਰਟੀ ਤੋਂ, ਸਾਰੇ ਮਹਿਮਾਨਾਂ ਦਾ ਬਹੁਤ ਸਵਾਗਤ ਕਰਦੇ ਹਾਂ। ਗੁਰਪ੍ਰੀਤ ਸਿੰਘ ਕੇਂਦਰੀ ਸਿੰਘ ਸਭਾ ਤੋਂ ਨੇ, ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਅਮਰਜੀਤ ਸਿੰਘ ਧਾਰਨੀ ਤੁਹਾਨੂੰ ਕਰਨਾ ਚਾਹੂੰਗਾ। ਅਮਰਜੀਤ ਸਿੰਘ ਧਾਰਨੀ, ਤੁਸੀਂ ਵਾਰ ਵਾਰ ਇਹ ਗੱਲ ਕੀਤੀ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਆ, ਕਾਂਗਰਸੀ ਕਮਿਸ਼ਨ ਹੈ, ਹੁਣ ਇਹ ਸਾਬਤ ਹੋ ਗਿਆ, ਤੁਸੀਂ ਪਰੂਫ ਰੱਖ ਦਿੱਤੇ ਆ, ਤੁਸੀਂ ਇਹ ਬਹੁਤ ਕੁਛ ਕਿਹਾ ਹੈਗਾ ਸੀਗਾ। ਸਵਾਲ ਇਹ ਹੈਗਾ ਅਮਰਜੀਤ ਸਿੰਘ ਧਾਰਨੀ, ਤੁਹਾਡੇ ਦੇ ਸਵਾਲ ਇਹ ਉੱਠ ਰਿਹਾ ਕਿ ਤੁਸੀਂ ਹਿੰਮਤ ਸਿੰਘ ਨੂੰ ਮੁਕਰਾ ਦਿੱਤਾ, ਜਵਾਬ ਕੀ ਦਿਓਗੇ? ਦੇਖੋ, ਇਹ ਸਾਡੇ 'ਤੇ ਤਾਂ ਤੁਸੀਂ ਇਲਜ਼ਾਮ ਵਾਲੀ ਗੱਲ ਕਰ ਰਹੇ ਹੈ, ਤੁਹਾਡੇ ਸਾਹਮਣੇ ਤੁਹਾਡਾ ਚੈਨਲ ਹੈਗਾ ਜਿਹੜਾ ਸਾਰਾ ਕੁਛ ਦਿਖਾ ਰਿਹਾ, ਉਹ ਬਿਆਨ ਦੇ ਰਿਹਾ, ਅਸੀਂ ਤਾਂ ਨਾ ਉਹਦੇ ਵਿੱਚ ਖੜੇ ਹਾਂ ਨਾ ਅਸੀਂ ਦਿਖਾਇਆ ਉਹਨੂੰ, ਠੀਕ ਹੈ ਨਹੀਂ? ਆਪਣੇ ਟੀਵੀ ਤੇ ਦੇਖਿਆ ਹੋਣਾ ਕਿ ਉਹ ਜਸਟਿਸ ਰਣਜੀਤ ਸਿੰਘ ਨੂੰ ਇੱਕ ਫਾਈਲ ਫੜਾ ਰਿਹਾ ਇਸ ਤਰ੍ਹਾਂ ਕਰਕੇ, ਔਰ ਉਹ ਫਾਈਲ ਹੈ ਜਿਹੜੀ, ਦੈਟ ਇਜ਼ ਅ ਫਾਈਲ ਨਾਟ ਅ ਸਟੇਟਮੈਂਟ, ਨੰਬਰ 2। ਔਰ ਉਹ ਤੋਂ ਬਾਅਦ ਉਹ ਮਿਸਟਰ ਰੰਧਾਵਾ ਦੇ ਨਾਲ ਉਹ ਸੋਫੇ 'ਤੇ ਬੈਠਾ ਹੈਗਾ, ਉਹ ਸੇਮ ਕੱਪੜੇ ਪਾਏ ਹੋਏ ਆ ਜੋ ਜਸਟਿਸ ਰਣਜੀਤ ਸਿੰਘ ਕੋਲ ਪਾਏ ਹੋਏ ਹੈਗੇ, ਉਹੀ ਰੰਧਾਵਾ ਕੋਲ ਪਾਏ ਹੋਏ ਹੈਗੇ। ਮੈਂ ਤੁਹਾਨੂੰ ਥੋੜ੍ਹੀ ਜਿਹੀ ਵਿੱਚੋਂ ਲੀਗਲ ਗੱਲ ਇਹ ਦੱਸਣੀ ਚਾਹੁੰਦਾ ਕਿ ਜਦੋਂ ਕਿਸੇ ਦੀ ਸਟੇਟਮੈਂਟ ਰਿਕਾਰਡ ਹੁੰਦੀ ਹੈ, ਦੈਟ ਇਜ਼ ਬਿਫੋਰ ਦਾ ਚੇਅਰਮੈਨ ਔਰ ਜੁਡੀਸ਼ਲ ਆਫਿਸਰ ਰਿਕਾਰਡ ਹੁੰਦੀ ਹੈ, ਉਹਦੇ ਥੱਲੇ ਇੱਕ ਵਰਡ ਲਿਖਿਆ ਜਾਂਦਾ ROAC, ਰੀਡ ਓਵਰ ਐਂਡ ਐਡਮਿਟ ਕਰੈਕਟ, ਔਰ ਉਹ ਜਿਹੜੀ ਹੈਗੀ ਹੈ ਉਸ ਦੇ ਥੱਲੇ ਬੰਦੇ ਨੇ ਦਸਤਖਤ ਕਰਨੇ ਹੁੰਦੇ ਆ, ਔਰ ਉਹ ਸਾਹਮਣੇ ਜਿਹੜਾ ਹੈਗਾ ਬਿਆਨ ਲਿਖਣ ਤੋਂ ਬਾਅਦ ਜਿਹੜਾ ਸਾਰਾ ਕੁਛ ਹੁੰਦਾ। ਅਸੀਂ ਤਾਂ ਇਹਦੇ ਵਿੱਚ ਜੋ ਕੁਛ ਉਹਨੇ ਪ੍ਰੈਸ ਦੇ ਸਾਹਮਣੇ ਆ ਕੇ ਕਿਹਾ, ਸਾਡਾ ਤਾਂ ਕਿਤੇ ਲੈਣਾ ਦੇਣਾ ਆਇਆ ਨਹੀਂ, ਸਾਡਾ ਨਾ ਕੋਈ ਸੰਬੰਧ ਹੈਗਾ, ਨਾ ਅਸੀਂ ਨਾਲ ਹੈਗੇ ਆ, ਨਾ ਤੁਸੀਂ ਸਾਨੂੰ ਕਿਤੇ ਦੇਖਿਆ ਹੋਣਾ। ਜਦੋਂ ਅਸੀਂ ਤੁਹਾਡੇ ਚੈਨਲਾਂ ਤੇ ਹਾਂਜੀ, ਹਿੰਮਤ ਸਿੰਘ ਨੂੰ ਹੁਣ ਗਲੇ ਲਾਓਗੇ ਤੁਸੀਂ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਅਸੀਂ ਕੋਈ ਹਿੰਮਤ ਸਿੰਘ ਨੂੰ ਸਾਰਿਆ ਕੋਈ ਖਾਸ ਹੈਗਾ ਹੋ ਵੀ ਅਸੀਂ ਉਹ ਗਲੇ ਲਾਵਾਂਗੇ, ਹਾਂ ਅਸੀਂ ਕੋਲ ਲਾਵਾਂਗੇ ਹਿੰਮਤ ਸਿੰਘ ਨੂੰ? ਨਹੀਂ, ਸਾਡਾ ਗਲੇ ਲਾਉਣ ਦਾ ਮਤਲਬ ਹੀ ਨਹੀਂ। ਹਿੰਮਤ ਸਿੰਘ ਹੁਣ ਕਹਿੰਦੇ ਹੱਕ 'ਚ ਪੁੱਕਤਿਆ,
तो अड्डे हक च भुगते है बिल्कुल नहीं हाँ। उन्हें सच्चाई जाहिर की थी और प्रेस दे विच आके जाहिर की थी चलो ठीक है जो कुछ बोले उस प्रेस बनी संधू मनप्रीत सिंह बनी संधू तो अड्डे इल्जाम यह है कि तुम दबाव पा के हिम्मत सिंह तो बयान दवाए गवाही उन्हें दर्ज करा थी उस तो बाद श्रोमणी अकाली दल को घेरा पाले देखो गल है बड़ी धारनी जी बड़े सूझवान इंसान ने इन्होंने ये गल कही है कि हिम्मत सिंह की गवाही कोई टीवी पर दिखाई या कह रहा है मैं इन्हों पुछना चाहना है भी ये जे इस चीज़ में सच मानते ने क्या यह भाई गुरमुख सिंह हुणा दे दित्ती हुई सैकड़े इंटरव्यू है टीवी नू कि उन्होंने मोहर लाते हैं फिर उन्होंने भी इस तरीके मानते हैं गवाही जिमें अज हिम्मत की गल मन लगे हुए ने कि ये भाई गुरमुख सिंह के कहे हुए लफ्जा भी ये मानते ने जिदे भाई गुरमुख सिंह ने कहा भी असं सुनते रहे हैं भी सिंह साहबाना प्रेशर पाया जाता है बादल परिवार वालों अज उन्होंने अपने इंटरव्यू जो कहा कि सानू मुख्यमंत्री की कोठी SID प्रधान की कोठी बुला के सानू अज महसूस कराया गया कि सानू सिंह साहबाना तलब किया गया की धारनी जी उस गल मानते ने कि वह भी फिर सच्ची हैगी है जे इस गलते पहरा देना चाहते ने अज मौके मुताबक कि उस गल मानते ने कि सिंह साहबाना की जिहड़ी परंपरा सिख धर्म दे विच चली आउंदी है गुरु काल तो कि सिंह साहबाना नू CM दी कोठी ते तलब करना सही है या गलत है धारनी साहब इस गल दा जवाब दो बिल्कुल इस गुरमुख सिंह उन्होंने भाई गुरमुख सिंह उन्होंने आप कही है मैं तुहाडा बनी जी जवाब दे रहे हैं जी तुसी शांति नाल सुनो बिल्कुल जी बिल्कुल मैं जस्टिस रणजीत सिंह दी 192 पेज दी सारी रिपोर्ट पढ़ी है टोटल एक एक पेज और पैरा पैरा वाइज करके पढ़ी भी हैगी है उदे बेच मेरी गल दा जवाब बिल्कुल सुनी जाओ सुनी जाओ अज हिम्मत सिंह दी गल तुसी चंगी लग रही है तुसी हौसला उस गल दा जवाब दिओ पहला तुसी हौसला रखो हौसला रखो जिहड़ी हिम्मत सिंह ने जवाब दिता है ना उदे बेच और स्टेटमेंट दिती है इहदे सामने उदे बेच जिहड़ी उहने पहला बयान दिता सी उस बयान दे विच इह गल कही सी कि श्रोमणी अकाली दल दे प्रधान दे सरदार प्रकाश सिंह बादल की कोठी दे विच बुला के सिंह साहबान नू ए हुक्म जारी किए गए ये किया गया वो किया गया ज्ञानी गुरबचन सिंह की गड्डी का नंबर भी दिता गया जेडे अकाल तख्त के जथेदार है वो भी दिता गया पर जस्टिस रणजीत सिंह ने अपनी रिपोर्ट दे विच ए गल कही और मन्निया कि एक मिनट ठहरो जी कि जदों चीफ मिनिस्टर की कोठी दे विच कोई गड्डी जांदी है उसका नंबर बाहरले गेट से भी अंदरले गेट ਤੇ ਸਾਰੇ ਤੁਹਾਡੇ ਤੇ ਇਲਜ਼ਾਮ ਇਹ ਵੀ ਹੈ ਕਿ ਤੁਸੀਂ ਨੰਬਰ ਨੋਟ ਨਹੀਂ ਹੋਣ ਦਿੱਤਾਗਾ ਨਹੀਂ ਨਹੀਂ ਗਲਤ ਗੱਲ ਹੈ ਬਾਕੀ ਸਾਰੇ ਹੋਏ ਪਏ ਆ ਉੱਥੇ ਦਲਜੀਤ ਸਿੰਘ ਚੀਮੇ ਦੀ ਗੱਡੀ ਦਾ ਨੰਬਰ ਨੋਟ ਹੋਇਆ ਵਾ ਇਹ ਚੀਜ਼ ਆਈ ਵੀ ਆ ਉਹਦੇ ਵਿੱਚ ਦੇਖੋ ਜੇ ਉਹਦਾ ਨੰਬਰ ਨਹੀਂ ਨੋਟ ਹੋਇਆ ਤਾਂ ਦਲਜੀਤ ਸਿੰਘ ਮੈਨੂੰ ਸਵਾਲ ਜਵਾਬ ਦਿਓ ਤਾਰਨੀ ਸਾਹਿਬ ਮੈਨੂੰ ਸਵਾਲ ਜਵਾਬ ਦਿਓ ਹਾਂਜੀ ਹਾਂਜੀ ਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਬਾਕੀ ਜਥੇਦਾਰ ਸਹਿਬਾਨ ਮੁੱਖ ਮੰਤਰੀ ਸਾਹਿਬ ਦੀ ਕੋਠੀ ਗਏ ਸੀ ਕਿ ਨਹੀਂ ਬਿਲਕੁਲ ਨਹੀਂ ਗਏ ਇਹ ਤਾਂ ਐਵੇਂ ਇੱਕ ਬਣਾਈਆਂ ਵੀ ਗੱਲਾਂ ਉਹ ਬਾਅਦ ਦੇ ਵਿੱਚ ਮੁੱਕਰ ਗਏ ਬਾਅਦ ਦੇ ਵਿੱਚ ਉਹੀ ਹਿੰਮਤ ਸਿੰਘ ਇਹ ਗੱਲ ਕਹਿ ਰਿਹਾ ਵੀ ਮੇਤੋਂ ਜੀ ਇਹ ਮੇਰਾ ਤਾਂ ਕੋਈ ਬਿਆਨ ਹੀ ਹੈ ਨਹੀਂ ਮੇਤੋਂ ਤਾਂ ਸੁਖਜਿੰਦਰ ਸਿੰਘ ਰਾਵਾ ਨੇ ਜੋ ਲਿਖਿਆ ਉਹਨਾਂ ਦੇ ਬੰਦਿਆਂ ਨੇ ਲਿਖਿਆ ਇਹਨਾਂ ਦਾ ਸਵਾਲ ਇਹ ਸੀਗਾ ਮਨਪ੍ਰੀਤ ਸਿੰਘ ਬਣੀ ਸੰਧੂ ਦਾ ਸਵਾਲ ਇਹ ਸੀਗਾ ਜਿਹੜਾ ਗੁਰਮੋਹ ਸਿੰਘ ਖਰਾ ਨੇ ਪਹਿਲਾਂ ਬਿਆਨ ਦਿੱਤੇ ਸੀ ਜਾਂ ਜਿਹੜੇ ਵੀਡੀਓ ਸਾਰੇ ਸੋਸ਼ਲ ਮੀਡੀਆ ਤੇ ਪਏ ਹੋਏ ਆ ਉਹਨਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋ ਤੁਸੀਂ ਫਿਰ ਅਸੀਂ ਬਿਲਕੁਲ ਨਹੀਂ ਪ੍ਰਗਟਾਉਂਦੇ ਅਸੀਂ ਤਾਂ ਨਾ ਪਹਿਲਾਂ ਉਹਦੀ ਸਹਿਮਤੀ ਪ੍ਰਗਟ ਕਰਦੇ ਸੀ ਅਸੀਂ ਤਾਂ ਜੋ ਅੱਜ ਦੇਖਿਆ ਹਿੰਮਤ ਸਿੰਘ ਨਾਲ ਸਹਿਮਤੀ ਹੈ ਨਾ ਹਿੰਮਤ ਸਿੰਘ ਨਾਲ ਸਹਿਮਤੀ ਹੈ ਜਾਂ ਨਹੀਂ ਅਸੀਂ ਤਾਂ ਸਹਿਮਤੀ ਵਾਲੀ ਗੱਲ ਕਰ ਰਹੇ ਹਾਂ ਤੁਹਾਨੂੰ ਕਹਿ ਰਹੇ ਹਾਂ ਪ੍ਰੈਸ ਦੇ ਵਿੱਚ ਦੱਸ ਰਹੇ ਹਾਂ ਤੁਹਾਨੂੰ ਪ੍ਰੈਸ ਵਾਲੇ ਨੇ ਕਹਿ ਰਹੇ ਆ ਚਲੋ ਹੋਰ ਜਵਾਬ ਦੋ ਵੈਲਕਮ ਕਰਦੇ ਹਾਂ ਹਿੰਮਤ ਸਿੰਘ ਦੇ ਬਿਆਨ ਨੂੰ ਕਿਹਨੂੰ ਹਿੰਮਤ ਸਿੰਘ ਦੇ ਬਿਆਨ ਦਾ ਵੈਲਕਮ ਕਰਦੇ ਹਾਂ ਅਸੀਂ ਹਿੰਮਤ ਸਿੰਘ ਦੇ ਬਿਆਨ ਦਾ ਹੈ ਵੈਲਕਮ ਨਹੀਂ ਕਰਦੇ ਅਸੀਂ ਜਿਹੜਾ ਸਾਡਾ ਸਟੈਂਡ ਪਹਿਲਾਂ ਸੀ ਕਿ ਅਸੀਂ ਜਸਟਿਸ ਰਣਜੀਤ ਸਿੰਘ ਦਾ ਜਿਹੜਾ ਕਮਿਸ਼ਨ ਹੈਗਾ ਉਹਨੂੰ ਅਸੀਂ ਸਰਕਾਰੀ ਕਮਿਸ਼ਨ ਮੰਨਦੇ ਹੈਗੇ ਆ ਉਹਨੇ ਜੋ ਕਾਰਵਾਈਆਂ ਕੀਤੀਆਂ ਜੋ ਉੱਥੇ ਰਿਪੋਰਟਾਂ ਆਈਆਂ ਜਾਂ ਜਿਹਨੇ ਵੀ ਬਿਆਨ ਕੀਤੇ ਸਰਕਾਰੀ ਛੋਟਾ ਬ੍ਰੇਕ ਲੈਣੇ ਫਿਰ ਤੋਂ ਵਾਪਸ ਆਵਾਂਗੇ ਸਵਾਲ ਇਹ ਹੈਗਾ ਬਾਕੀ ਪੈਨਲਿਸਟ ਵੀ ਸਾਡੇ ਨਾਲ ਬੈਠੇ ਹੈਗੇ ਆ ਹਿੰਮਤ ਸਿੰਘ ਦੇ ਵਿੱਚ ਹਿੰਮਤ ਹੋਣ ਕਿਉਂ ਆਈ ਆ ਪਹਿਲਾਂ ਕਿਉਂ ਨਹੀਂ ਆਈ ਜੋ ਵਿਧਾਨ ਸਭਾ ਇਜਲਾਸ ਦੇ ਵਿੱਚ ਸਾਰੀ ਚੀਜ਼ਾਂ ਰੱਖੀਆਂ ਜਾਣੀਆਂ ਸੀ ਉਸ ਤੋਂ ਪਹਿਲਾਂ ਹਿੰਮਤ ਸਿੰਘ ਦਾ ਬਿਆਨ ਹੁੰਦਾ ਹਿੰਮਤ ਸਿੰਘ ਦੇ ਵਿੱਚ ਹਿੰਮਤ ਲਿਆਉਣ ਵਾਲਾ ਹੈ ਕੌਣ ਆ ਸਵਾਲ ਇਹ ਹੈਗਾ ਤੇ ਸਵਾਲ ਪੁੱਛਣਾ ਜ਼ਰੂਰ ਆ ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛਾਂਗੇ ਹਾਲਾਂਕਿ ਜਵਾਬ ਬੜਾ ਮੁਸ਼ਕਲ ਹੈਗਾ ਔਖਾ ਹੈਗਾ ਕਿਉਂਕਿ ਸਵਾਲ ਹੀ ਬੜਾ ਔਖਾ ਬ੍ਰੇਕ ਤੋਂ ਵਾਪਸ ਆ ਰਹੇ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਗਵਾਹੀ ਦੇਣ ਵਾਲੇ ਹਿੰਮਤ ਸਿੰਘ ਦੇ ਇਲਜ਼ਾਮਾਂ ਦਾ ਸੱਚ ਕੀ ਹੈ ਸਤਵੀਰ ਵਾਲੀਆ ਤੁਹਾਡੀ ਪਾਰਟੀ 'ਤੇ ਤਾਂ ਇਲਜ਼ਾਮ ਇਹ ਲੱਗਦੇ ਹੈਗੇ ਕਿ ਤੁਸੀਂ ਰਿਪੋਰਟ ਕੋਲ ਬਹਿ ਕੇ ਬਣਾਈ ਹੈ ਹੁਣ ਸਵਾਲ ਇਹ ਹੈਗਾ ਕਿ ਹੁਣ ਤੁਸੀਂ ਕਹਿ ਦਿਓਗੇ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਉਹ ਸਾਡੇ ਨਾਲ ਨਹੀਂ ਹੈਗੇ ਗੇ ਅਤੇ ਜਦੋਂ ਨਾਲ ਸੀਗੇ ਉਦੋਂ ਉਹਨਾਂ ਦੇ ਨਾਲ ਹੈਗੇ ਸੀ ਕਿ ਨਹੀਂ ਜਸਟਿਸ ਰਣਜੀਤ ਸਿੰਘ ਹਰਾਂ ਦੇ ਨਾਲ ਦੇਖੋ ਜੀ ਸਭ ਤੋਂ ਵੱਡੀ ਗੱਲ ਜਿਵੇਂ ਪਹਿਲਾਂ ਵੀ ਜਦੋਂ ਬਰਗਾੜੀ ਜਿਹੜੀ ਬੇਅਦਬੀ ਹੋਈ ਅਤੇ ਕਾਂਡ ਹੋਇਆ ਇਸ 'ਤੇ ਜੋ ਵੀ ਆਪਣਾ ਡਿਬੇਟਸ ਪਹਿਲਾਂ ਵੀ ਹੋਈਆਂ
मैं हमेशा शुरू भी इतों की सच्चाई अज सामने भी आई है कि यह माफीनामे तो शुरू होया पंजाब के जोड़े माहौल बिगड़िया झूठे इल्जाम लगे यह मामला माफीनामे से शुरू होके मोड़ मंडी ब्लास्ट क्लीन चिट दिंदा इस मामले देखो सुखपाल सिंह खैरा नहीं 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 देखो सुखपाल सिंह खैरा होवे चाहे आम आदमी पार्टी है चाहे वो कोई सतबीर वाली मेरा सवाल बड़ा सीधा होता मैं गोल में जवाब नहीं चाहता का सवाल बड़ा सीधा मेरा सुखपाल सिंह खैरा नु इस मामले क्लीन चिट दे रही आम आदमी पार्टी के नहीं सुखपाल सिंह खैरा ने बनाई रिपोर्ट है मैं तो अड़े इल्जाम में लगते पे हैं तुसी मैंने दसो सुखपाल सिंह खैरा पाक साफ है इस मामले इल्जाम लगाने वाले जिन्ने मर्जी इल्जाम लाई जान सुखपाल सिंह खैरा नु आम आदमी पार्टी क्लीन चिट दिंदी है कि नहीं तुहाडे शब्द क्यों नहीं निकलदे पे सुखपाल सिंह खैरा दा रोल है इस रिपोर्ट च मैंने है कि नहीं है तुसी दसो ना नहीं है रिपोर्ट नहीं है गल खत्म मैं वापस आऊंगा तुहाडे कोल मैं वापस आऊंगा तुहाडे कोल मेरी गल तां पूरी होण दो हां करो मेरी गल तां पूरी होण दो ना बोलो सब तो बड़ी गल तां ए उठदी है कि विधानसभा च रखण तो पहला जस्टिस रणजीत सिंह कमीशन दी रिपोर्ट लीक क्यों हुंदी है इहदी इंटेंशन कांग्रेस दी की हैगी है क्यों लीक करवाई जांदी है वो थोड़े सामने आ गया गवाह मुकरने शुरू हो गए इट मींस अकाली दल नूं कांग्रेस इक सेफ पैसेज दे रही है बहुत अहम सवाल है सरवीर वाली दा सवाल तुहाडा मैं कैरी करूंगा बहुत अहम सवाल है गुरप्रीत सिंह तुहानूं की लगता है इस पूरे मामले च कोई चाहुंदा ही नहीं गा कि इह जिहड़ा कमीशन है जां जिहड़ियां जांच हो रहियां हैगियां अंजाम तक पहुंचे देखो मेरे साढ़े सामने तो यही गल हैगी क्योंकि असी पिछे भी जब जस्टिस रणजीत सिंह कमीशन की रिपोर्ट निकली है ये चर्चा शुरू हुई है असी अपनी केंद्रीय सिंह सभा दे विच एक प्रेस कॉन्फ्रेंस भी होल्ड की सी सिख बुद्धिजीव उत्थे बैठे सीगे ते असी यही अपील की सी कि भी उत्थे तो यह सीगा कि भी हुण इन्होंने अगे करता है कि जी CBI भी जांच अगे अगे दे दिओ रिपोर्ट असी तो इन्हां नूं कहा कि भी तुहानूं कोल एक जस्टिस रणजीत सिंह अच्छा जिहड़ी गल है जस्टिस रणजीत सिंह उत्ते सवाल जवाब उठा रहे ने मैं थोड़े शो च ही मैं मिलया सीगा वो डॉक्टर प्यारा लाल गर्ग नूं जिहड़े एजुकेशनिस्ट ने उन्हां नाल मैं पिछे असीं जदों हिस्टरी दे प्रोजेक्ट दी गल कर रहे सीगे उन्हां नाल गल्लां च ही गल निकली जदों वेन वी मीटिंग विद दी एजुकेशन मिनिस्टर फॉर द हिस्टरी प्रोजेक्ट वो निकली गल कि उन्होंने गल की कि एक फीस कमीशन बनी फीस कमेटी बनी सीगी प्राइवेट स्कूलों की फीस के जिहदे विच जस्टिस रणजीत सिंह हाईकोर्ट तो नियुक्त होए सीगे ते उन्हां दा कहना हैगा कि इहो जिहा ईमानदार डेमोक्रेटिक एंड सिंपल परसन दिस इज अ एक्स रजिस्ट्रार ऑफ बाबा फरीद यूनिवर्सिटी एजुकेशनिस्ट डॉक्टर प्यारा लाल गर्ग तुसीं सारे जानदे हो इह उहनां दा जस्टिस रणजीत सिंह प्रति इंप्रैशन है कि इहो जिहा ईमानदार ते ऑनेस्ट परसन नहीं हो सकता उन्होंने मैनूं कुछ मिसालां भी दित्तियां सीगियां कि भी की कुछ उन्होंने किया फीस भी नहीं लिती दिस दैट एंड द अदर सो कोई अगर अज जस्टिस रणजीत सिंह उत्ते कोई उंगल चक्के ना तो मेरा ख्याल है कि वह पहले ही आर्ग्यूमेंट हार गया because there is nothing to prove that Justice Ranjit Singh is a partisan ਤੁਸੀਂ ਕਹਿਣਾ ਚਾਹ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਆਰਗੂਮੈਂਟ ਹਾਰ ਗਿਆ ਬਿਲਕੁਲ because ਪਹਿਲੀ ਗੱਲ ਤੇ ਔਨ ਦਿਸ ਅਲੋਨ ਇਸ਼ੂ ਅਲੋਨ ਦੂਜੀ ਗੱਲ ਹੈ ਕਿ ਜਿਹੜੀ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਪਹਿਲੀ ਪਾਂਤ ਇੱਕ ਪਾਸੇ ਤੁਸੀਂ ਗਿਆਨੀ ਗੁਰਮੁਖ ਸਿੰਘ ਨੂੰ ਤੁਸੀਂ ਦਰਖਾਸਤ ਕਰ ਰਹੇ ਹੋ ਐਜ਼ ਮੁੱਖ ਸੇਵਾਦਾਰ ਆਫ ਦਮਦਮਾ ਸਾਹਿਬ ਜਦੋਂ ਉਹ ਇਹ ਦਿੰਦਾ ਬਿਆਨ ਕਿ ਵੀ ਸਾਡੇ ਤੋਂ ਇਹ ਦਬਾਅ ਹੇਠਾਂ ਇਹ ਸਾਰਾ ਕੰਮ ਕਰਾਇਆ ਗਿਆ ਸਰਸੇ ਦੇ ਮਾਮਲੇ ਦੇ ਵਿੱਚ ਠੀਕ ਹੈ ਨਾ ਹੁਣ ਤੁਸੀਂ ਉਹਨੂੰ ਰੀਇਨਸਟੇਟ ਕਰ ਰਹੇ ਹੋ ਐਜ਼ ਹੈੱਡ ਗ੍ਰੰਥੀ ਆਫ ਅਕਾਲ ਤਖਤ ਸਾਹਿਬ ਸੋ ਦੇਖੋ ਇੱਕ ਬੱਚੇ ਨਹੀਂ ਹੈਗੇ 2 and 2 makes 4 ਐਵਰੀਬਾਡੀ ਸਾਰੇ ਸਾਰੇ ਸਾਹਮਣੇ ਲੱਗਦਾ ਵੀ ਅਕਾਲੀ ਦਲ ਨੇ ਇੱਕ ਪਲਾਨਿੰਗ ਕੀਤੀ ਬਿਲਕੁਲ ਭਾਈ ਬਿਲਕੁਲ ਅੱਛਾ ਦੂਜੀ ਗੱਲ ਜਿਹੜੀ ਗੱਲ ਇਹ ਕਹਿ ਰਹੇ ਨੇ ਸਿੰਘ ਨੂੰ ਉੱਥੋਂ ਫਾਰਗ ਕਰਕੇ ਇਹਨਾਂ ਨੇ ਦੁਬਾਰਾ ਅਹੁਦਾ ਦੇ ਦਿੱਤਾ ਦੂਜੀ ਗੱਲ ਜਿਹੜੀ ਇਹ ਕਹਿ ਰਹੇ ਨੇ ਮੇਰੇ ਆਮ ਆਦਮੀ ਪਾਰਟੀ ਦੇ ਵੀਰ ਇਹ ਅਸੀਂ ਵੀ ਇਹ ਗੱਲ ਉੱਥੇ ਬਿਆਨ ਕੀਤੀ ਸੀਗੀ ਕਿ ਕੈਪਟਨ ਸਾਹਿਬ ਨੂੰ ਇਸ ਰਿਪੋਰਟ ਨੂੰ ਲੈ ਕੇ ਇਹਦੇ ਤੇ ਐਗਜ਼ੈਕਟਿਵ ਐਕਸ਼ਨ ਲੈਣਾ ਚਾਹੀਦਾ ਹੈ ਨਾ ਕਿ ਇਹਨੂੰ ਡਿਲੇ ਕਰਕੇ CBI ਨੂੰ ਸੌਂਪੋ ਤੇ ਦਿਸ ਦੈਟ ਐਂਡ ਦੀ ਅਦਰ ਸਤਵੀਰ ਵਾੜੀ ਨੇ ਇੱਕ ਸਵਾਲ ਇਹ ਵੀ ਕੀਤਾ ਹੈ ਕਿ ਕੀ ਇਹ ਰਿਪੋਰਟ ਜਾਣਬੁੱਝ ਕੇ ਲੀਕ ਕਰਵਾਈ ਕੀ ਹੈ ਤੇ ਉਸ ਤੋਂ ਬਾਅਦ ਗਵਾਹ ਮੁਕਰਨੇ ਸ਼ੁਰੂ ਹੋ ਜਾ ਦੇਖੋ ਜੀ ਕੁਝ ਵੀ ਹੋ ਸਕਦਾ ਪੋਲਿਟਿਕਸ ਦੇ ਵਿੱਚ ਅਸੀਂ ਤੁਹਾਨੂੰ ਇਹ ਲੱਗਦਾ ਜੋ ਆਮ ਆਦਮੀ ਪਾਰਟੀ ਸਵਾਜ ਕੋ ਤੁਹਾਨੂੰ ਲੱਗਦਾ ਮੈਂ ਇਹਦੇ ਤੋਂ ਕੋਈ ਕਮੈਂਟ ਨਹੀਂ ਕਰ ਸਕਦਾ ਕੋਈ ਕਮੈਂਟ ਨਹੀਂ ਕਰ ਸਕਦੇ ਠੀਕ ਹੈ ਮਦਨਦੀਪ ਤੁਹਾਨੂੰ ਇਸ ਪੂਰੇ ਮਾਮਲੇ ਵਿੱਚ ਕੀ ਲੱਗਦਾ ਰਿਪੋਰਟ ਲੀਕ ਹੁੰਦੀ ਹੈ ਉਸ ਰਿਪੋਰਟ ਲੀਕ ਹੋਣ ਤੋਂ ਬਾਅਦ ਇਹ ਸਾਰੇ ਕਹਿੰਦੇ ਆ ਕਿ ਕਿਸ ਦੇ ਲਈ ਠੀਕ ਹੈ ਕੀ ਆ ਕਿਸ ਦੇ ਲਈ ਵੀਕ ਹੈ ਕੀ ਆ ਸਵਾਲ ਇਹ ਹੈਗਾ ਮਦਨਦੀਪ ਜਦੋਂ ਇੱਕ ਗਵਾਹ ਹਿੰਮਤ ਸਿੰਘ ਕਿ ਹਿੰਮਤ ਸਿੰਘ ਦੇ ਸਾਰੇ ਸਹਾਰੇ ਹੀ ਸਾਰਾ ਕੁਝ ਟਿਕਿਆ ਹੋਇਆ ਹਿੰਮਤ ਸਿੰਘ ਦੇ ਆਨ ਤੇ ਹੀ ਸਾਰਾ ਬਵਾਲ ਮੱਚ ਗਿਆ ਇਹ ਬਹੁਤ ਇੰਪੋਰਟੈਂਟ ਗੱਲ ਆ ਸਿਰਫ ਮਾਮਲਾ ਇਸੇ ਇਹ ਮਾਮਲਾ ਕੱਲਾ ਇਹ ਮਾਮਲਾ ਨਹੀਂ ਹੈਗਾ ਇਹਦੇ ਪਿੱਛੇ ਇੱਕ ਬਹੁਤ ਵੱਡੀ ਹਿਸਟਰੀ ਹੈ ਹਿਸਟਰੀ ਇਹ ਆ ਕਿ
एलीगेशन ये आया अकाली दल उत्ते कि इन्होंने डेरा सरसा नाल एक समझौता किया सितंबर 15 नूं जिहड़ा कि बॉम्बे दे विच होया सी। ज्ञानी गुरमुख सिंह होनी इन्हां ते दोष आ भी ये बठिंडे तो स्पैशल सरकारी हैलीकॉप्टर दे विच ये मुंबई गए सी, उत्थे अक्षय कुमार दे घर एक मीटिंग हुई सी जिथे सुखबीर बादल जी भी हाजिर सी, जिथे ये सरसे वाला जिहड़ा डेरे का मुखी है ये भी हाजिर सी, और उत्थे एक बकायदा तौर पर गलबात हुई। गलबात होने तो बाद ज्ञानी गुरमुख सिंह वापस आ गए अमृतसर। वापस अमृतसर आके जिहड़ा हैगा वह मुआफ़ीनामा जिहड़ा वह तैयार किया जाता है, ठीक है। हुण इहदा मतलब ये आ भी कल नूं अकाली दल ये भी मुकर जाएगा, जिहड़ा बकायदा तौर पर अकाल तख्त साहब तो जारी होया मुआफ़ीनामा वह भी मुकर जाएगा भी नहीं जी असी जारी नहीं किया। मतलब एक बिल्कुल बिल्कुल फ्रॉड हो रहा है। इस तरह एक जस्टिस नियुक्त करना और फिर मतलब एक उस जस्टिस नूं दोनों धिर वालों, मैं कल्ला अकाली दल वालों नहीं कहिंदा, जे लीक हुई है इहदा मतलब आ भी इहदे पिछे सत्ताधारी हथ हैगा, एवें लीक नहीं हो सकती। इहदा मतलब यह हैगा भी इस रिपोर्ट नूं सिरे नहीं चढ़न देना चाहुंदे, घट्टो घट्ट अपने आप नहीं दोषी बनना चाहुंदे किसी का भी, या दुखी नहीं बनना चाहुंदे। हुण CBI नूं देण दा मतलब की हैगा कि ये चलो जी ये CBI दे हवाले कर दो, CBI 20 साल लगी रहूगी, उन्नी देर नूं पता नहीं कैप्टन साहब ने होना या नहीं होना। मतलब ये बहुत जानबूझ के लटकाउण वाला मामला है, होर कोई मामला नहीं। ठीक है, मैं आऊंगा वापस आऊंगा तुहाडे कोल। सुखबीर वाले आ रहे हैं, मनप्रीत सिंह बनी संधू तुसीं जानबूझ के रिपोर्ट लीक करवाती, मनप्रीत सिंह बनी संधू एक और रिपोर्ट जिंदे बारे तुसीं कह रहे सीगे असीं विधान सभा दे टेबल ते रखांगे, उत्थे बहस होवेगी, उत्थे कच्चा चिट्ठा जिहड़ा उह सारा दा खोलिया जावेगा। मनप्रीत सिंह बनी संधू देखो दीज आर मेयर एलीगेशन, बच्चों की खेड थोड़ी है भी अज लीक करती फलाना करता, एवं कहण दी गल्लां ने। ओपोजिशन देखो ये आम आदमी पार्टी वाले इन्हां कोल होर कोई मुद्दा नहीं हैगा, आम आदमी पार्टी छोड़ो, मैं सवाल तुहाडे तों कर रहा हां कि रिपोर्ट लीक हो किवें गई। ਜੇ ਰਿਪੋਰਟ ਜਿਹੜੀ ਲੀਕ ਹੋਈ ਹੈ ਉਹਦੀ ਇਨਕੁਆਇਰੀ ਵੀ ਹੋ ਰਹੀ ਹੈ ਵੀ ਇਹ ਲੀਕ ਕਿੱਦਾਂ ਹੋਈ ਹੈ, ਕਿੱਥੋਂ ਹੋ ਗਈ। ਇਹ ਤੇ ਕਹਿੰਦੇ ਨੇ ਪੂਰੀ ਪੜ ਲਈ, ਇਹ ਤੇ ਕਹਿੰਦੇ ਨੇ ਪੂਰੀ ਪੜ ਲਈ ਇਹਨਾਂ ਨੇ, ਕਿਹਨੇ ਪੜ ਲਈ? ਨਹੀਂ ਉਹ ਇਹ ਤੈਨੂੰ ਹੁਣ ਬਿਆਨ ਦਿੱਤਾ ਕਿ ਉਹ ਇਸ ਗੱਲ ਨੂੰ ਐਡਮਿਟ ਕਰਦੇ ਪਏ ਨੇ ਲੀਕ ਕਿਵੇਂ ਹੋਈ, ਉਹ ਤਾਂ ਕਹਿੰਦੇ ਪੂਰੀ ਪੜ ਲਈ ਸੋਸ਼ਲ ਮੀਡੀਆ ਦੇ ਵਾਇਰਲ, ਉਹ ਤਾਂ ਕਹਿੰਦੇ 100 ਕੁਝ ਪੇਜ ਉੱਤੇ ਉਹਨਾਂ ਨੇ ਪੜ ਲਿਆ ਸਾਰਾ ਕੁਝ। ਮੈਂ ਤਾਂ ਕਹਿ ਰਿਹਾ ਜੀ ਵੀ ਉਹਦੀ ਇਨਕੁਆਇਰੀ ਹੋ ਰਹੀ ਹੈ, देयर इज अ ਪ੍ਰੋਪਰ ਇਨਕੁਆਇਰੀ ਗੋਇੰਗ ਔਨ ਵੀ ਇਹ ਕੀ ਹੋਇਆ ਹੈਗਾ, ਇਹਦੇ ਪਿੱਛੇ ਸਾਰੀ ਗੱਲ ਕੀ ਹੈਗੀ ਹੈ। ਇਹ ਜੀ ਕੋਈ ਸਰਕਾਰ ਫੇਲ ਹੈ अपनी पार्टी बयान भी चक देख लियो, जे नहीं याद तो मैं याद भी करा दूंगा, ताजे बयान भी है मेरे को सारे है। रिपोर्ट लीक हो जाती है उस भी जांच होगी, जांच से जांच होंगी रहेगी, इंसाफ कदों मिलेगा, किसकी हिम्मत मुकर रही है। ब्रेक तो वापस आके फिर सवाल पूछूंगा जरूर। जस्टिस रणजीत सिंह कमीशन अगे गवाही देने वाले हिम्मत सिंह के इल्जाम सच की, अमरजीत सिंह धारनी इस सवाल का जवाब दे दो। अंग्रेजी के स्टेटमेंट से मैं समझ नहीं आई, पंजाबी होंगी तो मैं पढ़ लेता, इसका मतलब की है, अकाली दल की समझ आ रहा तुसी नाल वकील भी हो? देखो मैं तो थोड़ा सिंपल एक गल कही है, मैं इस गल से जाते ही नहीं जाना पोगा करते हो ना, मैं दस देखो सिंपल तरीका आर ओ एंड ए सी का मतलब यही होंदा है, जदों किसी जिहड़ा मतलब आम इलिटरेट बंदा हैगा उहदी जे स्टेटमेंट तुसीं इंग्लिश दे विच रिकॉर्ड करदे आ तां उहनूं दसदे आ तुसीं भी इह तुहाडी स्टेटमेंट हैगी आ, जदों एडमिट करदा वह दस्खत करे अंगूठा लावे जो मर्जी करे उहदी एडमिशन वह मन्नी जांदी है। हुण मेरी गल सुण दिओ, उह इक कमिशन का ऑफिस है जिस थां दे उत्ते कमिशन का एक सैकंड परसन बैठा तो एक रीडर बैठा है, और वह दूसरा बंदा जिमें नॉमीनेशन पेपर फाइल करते होंगे इस तरह हिम्मत सिंह अपने पेपर फाइल कर रहे हैं, स्टेटमेंट किस तरह रिकॉर्ड होया करती है, स्टेटमेंट गवाह नूं खड़ा के या बिठा के बकायदा उहदे क्वेश्चनिंग करके जिहड़ा हैगा क्वेश्चन आंसर दे विच उहदी स्टेटमेंट रिकॉर्ड करेगा। जस्टिस रणजीत सिंह कमीशन ने हिम्मत सिंह नूं समन कीते सी भाई साडे कोल आ,
ਦੇਖੋ ਮੈਂ ਤਾਂ ਇਹ ਨੀ ਮੈਨੂੰ ਪਤਾ ਧਾਰਨੀ ਸਾਹਿਬ ਤੁਸੀਂ ਵਕੀਲ ਹੋ ਤੁਹਾਡੇ ਸਾਹਮਣੇ ਸਾਰਾ ਕੁਝ ਹੁੰਦਾ ਮੈਨੂੰ ਇੱਕ ਮਿੰਟ ਹਿੰਮਤ ਸਿੰਘ ਨੂੰ ਉਦੋਂ ਹਿੰਮਤ ਕਹਿੰਦੇ ਨਹੀਂ ਸੀ ਵੀ ਹਿੰਮਤ ਸਿੰਘ ਭਾਈ ਜਾ ਕੇ ਜਸਟਿਸ ਕਮਿਸ਼ਨ ਕੋਲ ਗੱਲ ਕਰੇ ਮੈਂ ਦੱਸਦਾ ਜੀ ਜਿਹੜੇ ਸਾਈਟਡ ਵਿਟਨੈਸ ਹੈਗੇ ਇੱਥੇ ਦੋ ਤਰ੍ਹਾਂ ਦੀ ਉਹ ਹੈਗੀ ਆ ਉਹਦੇ ਵਿੱਚ ਸਾਰੀ ਦੀ ਸਾਰੀ ਐਵੀਡੈਂਸ ਮੈਂ ਇੱਕ ਸੈਕਿੰਡ ਲਈ ਨਾ ਮੈਂ ਥੋੜ੍ਹਾ ਜਿਹਾ ਹੋ ਗਿਆ ਸੀ ਆਫ ਇਹ ਹੈਗਾ ਜੀ ਉਹਦੇ ਵਿੱਚ ਕੁਛ ਤੁਸੀਂ ਇਹੀ ਜਿਹੜੀ ਕਮਿਸ਼ਨ ਦੀ ਨਾ ਖਾਸ ਗੱਲ ਇਹੀ ਹੈਗੀ ਆ ਕਮਿਸ਼ਨ ਜਦੋਂ ਉਹ ਰਿਪੋਰਟ ਲਿਖਦਾ ਨਾ ਮੈਂ ਰਿਪੋਰਟ ਸਾਰੀ ਪੜ੍ਹੀ ਜਿਹਦੇ ਵਿੱਚ ਉਹ ਕਹਿੰਦਾ ਕਿ ਕੋਈ ਬੰਦਾ ਮੇਰੇ ਕੋਲ ਆਇਆ ਜਿਹੜਾ ਇੱਕ ਬੰਦ ਲਿਫਾਫੇ ਦੇ ਵਿੱਚ ਇੱਕ ਚੀਜ਼ ਫੜਾ ਗਿਆ ਇੱਕ ਬੰਦਾ ਆਇਆ ਉਹ ਬੰਦ ਲਿਫਾਫੇ ਦੇ ਵਿੱਚ ਮੈਂ ਉਹੀ ਦੱਸਦਾ ਨਾ ਤੁਸੀਂ 192 ਪੇਜ ਗੱਲ ਦੱਸਿਆ ਤੇ ਮੈਨੂੰ ਮੈਂ ਸਵਾਲ ਕਰਨਾ ਸਿਰਫ ਕੀਤਾ ਹਿੰਮਤ ਸਿੰਘ ਨੂੰ ਕਿੰਨੇ ਬੁਲਾਇਆ ਸੀ ਜਾਂ ਹਿੰਮਤ ਸਿੰਘ ਨੂੰ ਕਿੰਨੇ ਭੇਜਿਆ ਸੀ ਹਿੰਮਤ ਸਿੰਘ ਨੂੰ ਮੈਂ ਦੱਸਦਾ ਬਕਾਇਦਾ ਮੀਟਿੰਗ ਹੋਈ ਖੈਰੇ ਦੇ ਨਾਲ ਸੋਰੀ ਰੰਧਾਵਾ ਸਾਹਿਬ ਦੇ ਨਾਲ ਰੰਧਾਵਾ ਸਾਹਿਬ ਆਪਣੇ ਘਰ ਬਿਠਾ ਕੇ ਰੰਧਾਵੇ ਦੇ ਬੰਦਿਆਂ ਨੇ ਉਹ ਟਾਈਪ ਕਰਾਇਆ ਉਹ ਐਡਮਿਟ ਕਰ ਰਿਹਾ ਇਹਦੇ ਵਿੱਚ ਐਡਮਿਟ ਕਰਦਾ ਕਿ 169 ਨੰਬਰ ਪੇਜ ਦੇ ਉੱਤੇ ਉਸ ਦੀ ਪੂਰੀ ਜਿਹੜੀ ਹੈਗੀ ਆ ਉਹਨੇ ਜੋ ਕਿਹਾ ਸਾਰਾ ਕੁਝ ਉਹਦੇ ਵਿੱਚ ਦਰਜ ਕੀਤਾ ਮਨਪ੍ਰੀਤ ਸਿੰਘ ਬਣੀ ਸੰਧੂ ਰੰਧਾਵਾ ਸਾਹਿਬ ਤੇ ਸਿੱਧਾ ਇਲਜ਼ਾਮ ਹੈ ਰੰਧਾਵਾ ਸਾਹਿਬ ਨੇ ਦਬਾਅ ਪਾ ਕੇ ਸਾਰਾ ਕੁਝ ਮੈਂ ਕਿਹਾ ਰੰਧਾਵਾ ਸਾਹਿਬ ਦੀ ਗੱਲ ਇੱਕ ਮਿੰਟ ਛੱਡ ਦੋ ਮੈਂ ਤੁਹਾਨੂੰ ਗੱਲ ਦਾ ਜਿਵੇਂ ਗੁਰਪ੍ਰੀਤ ਜੀ ਨੇ ਗੱਲ ਕੀਤੀ ਹੈ ਨਾ ਕਿ ਕੋਈ ਲੋਕ ਬੱਚੇ ਨਹੀਂ ਹੈਗੇ ਇੱਥੇ 2+2 ਕਰਨ ਦੀ ਲੋੜ ਨਹੀਂ ਸਭ ਕੁਝ ਸਾਹਮਣੇ ਆ ਰਿਹਾ ਅੱਜ ਤੱਕ ਕਿਸੇ ਤਖਤ ਦੇ ਜਥੇਦਾਰ ਨੂੰ ਜਿਹਨੂੰ ਬਰਖਾਸਤ ਕੀਤਾ ਹੋਵੇ ਬਾਦਲਾਂ ਨੇ ਅੱਜ ਤੱਕ ਕਿਸੇ ਨੂੰ ਲਿਆਂਦਾ ਵਾਪਸ ਭਾਈ ਗੁਰਮੁਖ ਸਿੰਘ ਨੂੰ ਹੀ ਕਿਉਂ ਇਮੀਡੀਏਟਲੀ ਲਿਆਂਦਾ ਗਿਆ ਔਰ ਉਹ ਵੀ ਇਸੇ ਮੌਕੇ ਤੇ ਜੰਕਚਰ ਤੇ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਬਹੁਤ ਹੀ ਜਲਦ ਇਹ ਕੋਈ ਵੱਡੀ ਗੱਲ ਨਹੀਂ ਆਊਗੀ ਕਿ ਜਿਹੜਾ ਹਿੰਮਤ ਸਿੰਘ ਹੈਗਾ ਜੀ ਦੀ ਅੱਜ ਇਹਨਾਂ ਨੇ ਹਿੰਮਤ ਵਧਾਈ ਹੈ ਇਹ ਹਿੰਮਤ ਦੇ ਵਿੱਚ ਇਹਦੇ ਇਜ਼ਾਫਾ ਕਰਕੇ ਇਹਨੂੰ ਵੀ ਅਹੁਦੇਦਾਰੀ ਦੇ ਦੇਣਗੇ ਦੇਖ ਲਓ ਤੁਸੀਂ ਵੱਡੀ ਗੱਲ ਨਹੀਂ ਹੈਗੀ ਲਾ ਰਹੇ ਆ ਵੱਡੀ ਗੱਲ ਨਹੀਂ ਹੈ ਤੁਸੀਂ ਗਲਤ ਐਲੀਗੇਸ਼ਨ ਲਾ ਰਹੇ ਆ ਤੁਸੀਂ ਭਾਈ ਰਣਜੀਤ ਸਿੰਘ ਨੂੰ ਕਿਉਂ ਨਹੀਂ ਵਾਪਸ ਪਰ ਤੁਸੀਂ ਅੱਜ ਤੱਕ ਬਾਦਲ ਸਾਹਿਬ ਨੇ ਭਾਈ ਬਲਵੰਤ ਸਿੰਘ ਨੰਦਗੜ੍ਹ ਨੂੰ ਕਿਉਂ ਨਹੀਂ ਰੀਇੰਸਟੇਟ ਕੀਤਾ ਭਾਈ ਇੱਕ ਮਿੰਟ ਮੈਨੂੰ ਜਵਾਬ ਦੇ ਲੈਣ ਦਿਓ ਵਿੱਚ ਨਹੀਂ ਬੋਲੀ ਦਾ ਭਾਈ ਰਣਜੀਤ ਸਿੰਘ ਨੂੰ ਕਰ ਦਿੰਦੇ ਜੇ ਇੰਨਾ ਹੀ ਇਹਨਾਂ ਨੂੰ ਚਾਨਣਾ ਆ ਗਿਆ ਸੀਗਾ ਜਾਂ ਇੰਨਾ ਹੀ ਇਹਨਾਂ ਨੂੰ ਜਾਗ੍ਰਿਤੀ ਆ ਗਈ ਸੀਗੀ ਅਕਾਲੀ ਦਲ ਨੂੰ ਤੇ ਉਹਨਾਂ ਨੂੰ ਸਿਰਫ ਭਾਈ ਗੁਰਮੁਖ ਸਿੰਘ ਨੂੰ ਕਿਉਂ ਕੀਤਾ ਠੀਕ ਹੈ ਮੈਂ ਆ ਰਿਹਾ ਵਾਪਸ ਕਿਉਂਕਿ ਇਹਨਾਂ ਨੇ ਹਿੰਮਤ ਦੇਣੀ ਸੀ ਹਿੰਮਤ ਨੂੰ ਠੀਕ ਹੈ ਗੁਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਕਦੇ ਹੋਇਆ ਵੀ ਕਿਸੇ ਨੂੰ ਉਹਦੇ ਤੋਂ ਲਾਇਆ ਹੋਵੇ ਤੇ ਉਸ ਨੂੰ ਬਾਅਦ 'ਚ ਐਂ ਕਰਕੇ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਇਆ ਜੀ ਤੋ ਸੋ ਜਿਹੜੀ ਗੱਲ ਸਾਫ਼ ਜ਼ਾਹਿਰ ਹੋ ਰਹੀ ਹੈ ਉਹ ਤਾਂ ਇਹ ਹੈ ਕਿ ਬਈ ਇਹਨਾਂ ਨੇ ਇਹਨੂੰ ਇਹ ਕਿਸਮ ਦਾ ਇੱਕ ਉਹ ਯੂਨੋ ਬ੍ਰਾਈਬ ਦਿੱਤੀ ਹੈ ਜਾਂ ਜੋ ਮਰਜ਼ੀ ਤੁਸੀਂ ਕਹਿ ਲਓ ਕਿ ਉਹਦੇ ਭਰਾ ਨੂੰ ਉਹਨਾਂ ਨੇ ਵਾਪਸ ਰੱਖ ਲਿਆ ਹੁਣ ਇਹ ਵੀ ਜਿਹੜਾ ਬੰਦਾ ਅਗਰ ਕਹੇ ਕਿ ਜੀ ਮੇਰੇ ਤੋਂ ਸਾਈਨ ਕਰਾਏ ਗਏ ਇਹ ਅਗਰ ਮੇਰੀ ਮੈਮਰੀ ਕਰੈਕਟ ਹੈਗੀ ਤੇ ਇਹ ਹਿੰਮਤ ਸਿੰਘ ਵੀ ਜਿਹੜਾ ਹੈਗਾ ਇਹ ਵੀ ਕੋਈ ਗ੍ਰੰਥੀ ਸੀਗਾ ਇਨ SGPC ਹੈ ਨਾ ਸੋ ਇਹ ਤਾਂ ਅਨਪੜ੍ਹ ਬੰਦਾ ਤਾਂ ਹੈ ਨਹੀਂ ਪੰਜਾਬੀ ਦਾ ਉਹ ਕਹਿੰਦਾ ਕਿ ਠੀਕ ਹੈ ਤੁਸੀਂ ਮੇਰੀ ਗੱਲ ਨਹੀਂ ਸਮਝੋ ਦੇਖੋ ਓਨਸ ਉਸੇ ਬੰਦੇ ਤੇ ਹੁੰਦਾ ਜਿਹੜਾ ਬੰਦਾ ਸਾਈਨ ਕਰਦਾ ਮਗਰੋਂ ਅਗਰ ਤੁਸੀਂ ਮੁੱਕਰ ਜਾਓ ਇਹ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਮੈਨੂੰ ਲੋ ਹੀ ਨਹੀਂ ਪਤਾ ਸੀਗਾ ਜੀ ਮੈਨੂੰ ਮੈਂ ਤਾਂ ਸਾਈਨ ਕਰਤੇ ਸੀ ਪੜੇ ਪੁੜੇ ਇਹ ਦੇਖੋ ਇਹ ਅਨਪੜ੍ਹ ਬੰਦਾ ਨਹੀਂ ਹੈ ਗੁਰਪ੍ਰੀਤ ਜੀ ਮੈਂ ਦੂਜੀ ਗੱਲ ਹੈ ਕਿ ਦੇਖੋ ਜਿਹੜੇ ਵੀ ਜਿਹਦਾ ਜ਼ਿਕਰ ਹੋਇਆ ਸਾਡੇ ਕੋਲ ਕੇਂਦਰ ਸਿੰਘ ਸਭਾ ਦੇ ਵਿੱਚ ਵਿਦਾਂਤੀ ਜੀ ਵੀ ਆਏ ਸੀਗੇ ਜਦੋਂ ਉਹਨਾਂ ਨੂੰ ਬਾਹਰ ਕੱਢਤਾ ਸੀਗਾ ਐਸ ਦੀ ਮੁੱਖ ਸੇਵਾਦਾਰ ਵਕਾਲ ਤੱਕ ਸਾਹਿਬ ਸਾਡੇ ਕੋਲ ਇੱਥੇ ਆ ਕੇ ਸਾਰੇ ਬੰਦੇ ਆ ਕੇ ਇੱਥੇ ਰੋਣਾ ਰੋ ਕੇ ਜਾਂਦੇ ਨੇ ਕਿ ਕਿੱਦਾਂ ਇਹਨਾਂ ਨੂੰ ਦਰਖਾਸਤ ਕੀਤਾ ਗਿਆ ਕੀ ਹੈ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਦੇ ਹਾਂ ਕਿ ਜਦੋਂ ਤੁਸੀਂ ਉੱਥੇ ਬੈਠੇ ਹੁੰਦੇ ਹੋ ਤੇ ਫਿਰ ਤੁਹਾਡੇ ਮੂੰਹ ਕਿਉਂ ਬੰਦ ਰਹਿੰਦੇ ਉਦੋਂ ਕਿਉਂ ਨਹੀਂ ਹੁੰਦਾ ਉਦੋਂ ਕਿਉਂ ਤੁਸੀਂ ਬੋਲਦੇ ਮਗਰੋਂ ਆ ਕੇ ਤੁਸੀਂ ਕਿਉਂ ਰੋਣਾ ਰੋਂਦੇ ਹੋ ਕਿ ਜੀ ਆਹ ਕੰਮ ਗਲਤ ਹੋ ਗਿਆ ਜੀ ਠੀਕ ਹੈ ਮਦਨਦੀਪ ਜਿਹੜੀ ਗੱਲ ਇੱਥੇ ਉੱਠੀ ਹੈਗੀ ਆ ਕਿ ਜਦੋਂ ਇੱਕ ਜਣੇ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਐਡੇ ਵੱਡੇ ਵੱਡੇ ਅਹੁਦੇ ਹੈਗੇ ਆ ਇਹ ਜਿਹਨਾਂ ਦੀ ਗੱਲ ਚੱਲ ਰਹੀ ਹੈਗੀ ਆ ਪੰਥ ਪ੍ਰਮਾਣਿਤ ਅਹੁਦੇ ਹੈਗੇ ਆ ਮੁੱਖ ਸੇਵਾਦਾਰ ਦੇ ਅਹੁਦੇ ਦੀ ਪੰਥ ਪ੍ਰਮਾਣਿਤ ਨਹੀਂ ਨੇ ਜੀ ਪੰਥ ਪ੍ਰਮਾਣਿਤ ਨਹੀਂ ਇਹ SGPC ਪ੍ਰਮਾਣਿਤ ਨੇ ਇਸ ਤੇ ਵੀ ਸਵਾਲ ਹੈਗਾ ਹੁਣ ਸਵਾਲ ਚਲੋ ਮੇਰਾ ਸਵਾਲ ਵੀ ਚੇਂਜ ਹੋ ਗਿਆ ਤੁਹਾਡੀ ਇਸ ਗੱਲ ਦਾ ਹੁਣ ਸਵਾਲ ਇਹ ਉੱਠ ਰਿਹਾ ਹੈਗਾ ਕਿ ਕਾਂਗਰਸ SGPC ਤੇ ਕਬਜ਼ਾ ਕਰਨਾ ਚਾਹੁੰਦੀ ਹੈ ਇਸ ਕਰਕੇ ਸਾਰਾ ਕੁਝ ਕਰ ਰਹੀ ਹੈ ਇਹਨਾਂ ਸਵਾਲਾਂ 'ਚ ਦਮ ਹੈਗਾ ਦੇਖੋ ਤੁਹਾਨੂੰ ਇੱਕ ਮੈਂ ਇਸ ਤਰ੍ਹਾਂ ਸਿੱਧਾ ਜੋ ਮੇਰਾ ਹੋਲੀ ਹੈ ਭਾਵੇਂ ਮੈਂ ਸਿੱਖ ਪਰਿਵਾਰ ਨੂੰ ਸੰਬੰਧ ਰੱਖਦਾ ਹਾਂ ਮੈਂ ਅਕਾਲ ਤਖ਼ਤ ਦੇ ਬਾਰੇ ਕੁਛ ਕਹੂੰਗਾ ਤਾਂ ਇਹ ਐਲੀਗੇਸ਼ਨ ਲੱਗਣਗੇ ਵੀ ਇੱਕ ਇਹਨਾਂ ਨੇ ਬੰਦੇ ਨੂੰ ਮੋਨੇ ਬੰਦੇ ਨੂੰ ਬਿਠਾ ਕੇ ਅਤੇ ਗੱਲਾਂ ਕਰਾਈਆਂ ਆ ਜੇ ਆਪਾਂ ਇਹਦੀ ਬਜਾਏ ਇਹਦੇ ਪਿਛੋਕੜ 'ਚ ਜਾਈਏ ਜਿਹੜਾ ਪਹਿਲਾਂ ਤੁਹਾਡਾ ਸਵਾਲ ਸੀ ਵੀ ਗਿਆਨੀ ਗੁਰਮੁਖ ਸਿੰਘ ਇਹਨਾਂ ਨੂੰ ਕਿਉਂ ਪਸੰਦ ਹੈਗਾ ਆਮ ਤੌਰ 'ਤੇ ਇਹ ਚਰਚਾ ਸਿੱਖ ਹਲਕਿਆਂ 'ਚ ਤੁਸੀਂ ਸੁਣਦੇ ਹੀ ਹੋ ਜਿਹੜੇ ਬਾਦਲ ਵਿਰੋਧੀ ਧਿਰਾਂ ਹੈਗੀਆਂ
ਜਿਹੜੀਆਂ ਆਪਣੇ ਆਪ ਨੂੰ ਪੰਥਕ ਧਿਰਾਂ ਕਹਿੰਦੇ ਆ ਉਹਨਾਂ ਦਾ ਇਹੋ ਐਲੀਗੇਸ਼ਨ ਆ ਵੀ ਬਾਦਲ ਨੇ ਪੂਰੀ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਉੱਤੇ ਕਬਜ਼ਾ ਕੀਤਾ ਹੋਇਆ ਅਤੇ ਅਸੀਂ ਇਹਨਾਂ ਤੋਂ ਕਬਜ਼ਾ ਛੁਡਾਉਣਾ ਆ ਉੱਥੇ ਜਿਹੜੇ ਸਿੱਖ ਸਿਧਾਂਤਾਂ ਦੇ ਅਨੁਸਾਰ ਜੋ ਕੁਝ ਹੋਣਾ ਚਾਹੀਦਾ ਸੀ ਉਹ ਸਥਾਪਿਤ ਕਰਨਾ ਚਾਹੁੰਦੇ ਇੱਕ ਯੁੱਧ ਚੱਲ ਰਿਹਾ ਆ ਪਰ ਮਾਮਲਾ ਪੰਜਾਬ ਨਾਲ ਜੁੜਿਆ ਹੋਇਆ ਮਾਮਲਾ ਲੋਕਾਂ ਦੇ ਕਾਨ ਨਾਲ ਜੁੜਿਆ ਹੋਇਆ ਤੁਸੀਂ ਇੱਕ ਪਾਸੇ ਬੇਅਦਬੀ ਵਰਗੇ ਮਾਮਲੇ ਉਠਾਉਂਦੇ ਹੋ ਉਹਦੇ 'ਚ ਰਾਜਨੀਤੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਪਰ ਗਵਾਹ ਬਣਾਉਣੇ ਹੋ ਬਾਅਦ 'ਚ ਗਵਾਹ ਮੁਕਰਾਉਣੇ ਹੋ ਇਹ ਆਪਣੇ ਆਪ 'ਚ ਪੰਜਾਬ ਦੇ ਨਾਲ ਬਹੁਤ ਵੱਡਾ ਦਗੇਬਾਜ਼ੀ ਵਾਲਾ ਕੰਮ ਹੈ ਦਗਾ ਆ ਕਿਉਂਕਿ ਪੰਜਾਬ ਇਹੋ ਜਿਹੇ ਮਾਮਲਿਆਂ ਦੇ ਵਿੱਚ ਪਹਿਲਾਂ ਬਹੁਤ ਘਾਣ ਕਰਵਾ ਚੁੱਕਿਆ ਪੰਜਾਬ ਦੇ ਪੁੱਤ ਮਰ ਚੁੱਕੇ ਆ ਪੰਜਾਬ ਦੀਆਂ ਭੈਣਾਂ ਜਿਹੜੀਆਂ ਉਹਨਾਂ ਦੀ ਇੱਜ਼ਤ ਰੋਲੀ ਗਈ ਹੈ ਔਰ ਇੱਥੇ ਐਲੀਗੇਸ਼ਨ ਇਹ ਲੱਗ ਰਿਹਾ ਕਿ ਗਿਆਨੀ ਗੁਰਮੁਖ ਸਿੰਘ ਹੁਣੇ ਉੱਥੇ ਅਕਸ਼ੇ ਕੁਮਾਰ ਦੇ ਘਰ ਜਾ ਕੇ ਮੀਟਿੰਗ ਕੀਤੀ ਉਹਨਾਂ ਨੇ ਇੱਕ ਫਿਲਮ ਜਿਹੜੀ ਬਣਾਈ ਸੀ ਰੱਬ ਦਾ ਡਾਕੀਆ ਕਿ ਪਤਾ ਨਹੀਂ ਕਿਹੜੀ ਉਹਨੇ ਸਰਸੇ ਵਾਲੇ ਡੇਰੇ ਵਾਲੇ ਨੇ ਉਹਦੇ ਵਿੱਚੋਂ 300 ਕਰੋੜ ਰੁਪਏ ਦਾ ਮੁਨਾਫਾ ਸੀ 300 ਕਰੋੜ 'ਚੋਂ ਕਹਿੰਦੇ ਸੀ 100 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਆ ਸੋ ਇਹ ਮਤਲਬ ਹੈ ਕਿ ਜਿਹੜਾ ਉੱਥੋਂ ਫਿਰ ਉਹ ਬਾਅਦ 'ਚ ਉਹ ਵੀ ਮਤਲਬ ਜਿਹੜਾ ਉਹ ਵੀ ਗਵਾਹੀ ਹੈ ਇੱਕ ਹਲੇ ਜੇ ਉਹ ਵੀ ਗਵਾਹੀ ਜਿਹੜੀ ਮੁੱਕਰ ਜਾਂਦੀ ਹੈ ਇਹ ਵੀ ਗਵਾਹ ਮੁੱਕਰ ਜਾਂਦਾ ਹੈ ਤਾਂ ਪੰਜਾਬ ਦਾ ਵਾਰਸ ਕੌਣ ਹੈ ਅੰਮ੍ਰਿਤਸਰ ਤੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਨੂੰ ਮਾਫੀ ਕਿਹਨੇ ਦਿੱਤੀ ਸੀ ਦੇਖੋ ਜਿਹੜੀ ਮਦਨਜੀਤ ਜੀ ਗੱਲ ਕਰ ਰਹੇ ਆ ਨਾ ਸਾਰੀ ਦੀ ਸਾਰੀ ਇਹ ਤਾਂ ਮੈਨੂੰ ਲੱਗਦਾ ਕਹੀਆਂ ਸੁਣੀਆਂ ਗੱਲਾਂ ਰਿਪੋਰਟ ਦੀ ਗੱਲ ਕਰ ਰਿਹਾ ਕਈ ਸੁਣੀ ਦੀ ਗੱਲ ਨਹੀਂ ਕਰ ਲਿਆ ਮੈਂ ਜਰਨਲਿਸਟ ਆ ਮੈਂ ਗੱਲ ਉਹ ਕਰਦਾ ਸਬੂਤ ਹੈਗੇ ਆ ਕਾਹਦੇ ਮਾਫੀ ਕਿਹਨੇ ਦਿੱਤੀ ਸੀ ਮੈਂ ਐਮ ਐਸ ਜੀ ਵਾਲੀ ਜਿਹੜੀ ਤੁਸੀਂ ਰਿਪੋਰਟ ਜਿਹੜਾ 20 ਸਤੰਬਰ 21 ਸਤੰਬਰ ਨੂੰ ਬਠਿੰਡੇ ਤੋਂ ਗਿਆਨੀ ਗੁਰਮੁਖ ਸਿੰਘ ਦੇ ਜਾਣ ਬਾਰੇ ਗੱਲ ਹੁੰਦੀ ਹੈ 21 ਨੂੰ ਵਾਪਸ ਆ ਕੇ ਹੁਕਮਨਾਮਾ ਜਾਰੀ ਹੁੰਦਾ ਉਹਨੂੰ ਮਾਫੀ ਦਿੱਤੀ ਜਾਂਦੀ ਹੈ ਇਹ ਸਾਰੇ ਜੋੜ ਕਿਵੇਂ ਜੁੜ ਗਏ ਜੀ ਦੇਖੋ ਮੇਰੀ ਗੱਲ ਸੁਣੋ ਅਕਸ਼ੇ ਕੁਮਾਰ ਤੇ ਸੁਖਬੀਰ ਬਾਦਲ ਦੀ ਦੋਸਤੀ ਕੌਣ ਨਹੀਂ ਜਾਣਦਾ ਜੀ ਦੇਖੋ ਮੈਂ ਮੈਂ ਬੜਾ ਸਵਾਲ ਸਿੰਪਲ ਕੀਤਾ ਜਿਹਦਾ ਜਵਾਬ ਨਹੀਂ ਦੇ ਰਹੇ ਮੈਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਉਸ ਟਾਈਮ ਦੇ ਮੁਖੀ ਉਹਨਾਂ ਨੂੰ ਮਾਫੀ ਕਿਹਨੇ ਦਿੱਤੀ ਸੀ ਦੇਖੋ ਅਸੀਂ ਕੋਈ ਇਸ ਤਰ੍ਹਾਂ ਦੀ ਮਾਫੀ ਵਾਲੀ ਗੱਲ ਨਹੀਂ ਕੀਤੀ ਹੈਗੀ ਉਹਨਾਂ ਦਾ ਲੈਟਰ ਆਇਆ ਸੀ ਮਾਫੀ ਲਈ ਕੌਣ ਲਿਆ ਸੀ ਸਾਨੂੰ ਕੀ ਪਤਾ ਹੁਣ ਕੌਣ ਲਿਆ ਸੀ ਮਾਫੀ ਵਾਲਾ ਲੈਟਰ ਨਹੀਂ ਕੀ ਹੋਇਆ ਉਹਨਾਂ ਦੇ ਕੋਲ ਸੰਜਾ ਨੇ ਕਿਹਾ ਮਾਫੀ ਬਾਰੇ ਨਹੀਂ ਪਤਾ ਤੁਹਾਨੂੰ ਹਿੰਮਤ ਸਿੰਘ ਬਾਰੇ ਨਹੀਂ ਪਤਾ ਨਹੀਂ ਨਹੀਂ ਸਾਨੂੰ ਗੁਰਮੁਖ ਸਿੰਘ ਕਿਉਂ ਲਾ ਗਿਆ ਉਹ ਨਹੀਂ ਪਤਾ ਗੁਰਮੁਖ ਸਿੰਘ ਦੇ ਬਿਆਨ ਜਿਹੜੇ ਪਏ ਆ ਸਾਰੇ ਸੋਸ਼ਲ ਮੀਡੀਆ ਤੁਹਾਨੂੰ ਉਹ ਨਹੀਂ ਪਤਾ ਪਤਾ ਕੀ ਹੈ ਮੈਨੂੰ ਸਾਰਾ ਕੁਝ ਪਤਾ ਹੈ ਹਾਂ ਮੈਨੂੰ ਪਤਾ ਇਸ ਗੱਲ ਮਾਫੀ ਵਾਲਾ ਲੈਟਰ ਵੀ ਲੀਕ ਹੋ ਚੁੱਕਿਆ ਹੈ ਮੈਨੂੰ ਪਤਾ ਹੈ ਮਾਫੀ ਵਾਲਾ ਪਿਆ ਆ ਮਾਫੀ ਵਾਲਾ ਲੈਟਰ ਵੀ ਲੀਕ ਹੋਇਆ ਵਾ ਇਹ ਸਾਰੀ ਰਿਪੋਰਟ ਵੀ ਲੀਕ ਹੋਈ ਵੀ ਹੈ ਸਾਰਾ ਕੁਝ ਲੀਕ ਹੋਇਆ ਵਾ ਮੈਂ ਗਿਆਨ ਜਿਹੜੀ ਜਸਟਿਸ ਜੋਰਾ ਸਿੰਘ ਵਾਲੀ ਰਿਪੋਰਟ ਆ ਉਹ ਵੀ ਲੀਕ ਹੋਈ ਵੀ ਆ ਉਹ ਸਾਰਾ ਕੁਝ ਔਨ ਰਿਕਾਰਡ ਪਿਆ ਆ ਨਹੀਂ ਜਵਾਬ ਦੇ ਰਹੇ ਧਾਰਨ ਸਾਹਿਬ ਦੇਖੋ ਅੱਛਾ ਤਵੀਰ ਵਾਲੀਆ ਤੁਸੀਂ ਆਪਣੀ ਗੱਲ ਪੂਰੀ ਕਰੋ ਹਾਂਜੀ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਸਾਡੇ ਵੀਰ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਕਹਿੰਦੇ ਜੀ ਕਿ ਵੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਜਿਹੜਾ ਉਹ ਸਟੇਟਮੈਂਟ ਸੀਗੀ ਇੰਗਲਿਸ਼ ਸੀਗੀ ਮੈਂ ਹੁਣੀ ਆਉਣ ਤੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਜੀ ਦੀ ਇੱਕ ਪ੍ਰੈਸ ਕਾਨਫਰੰਸ ਸੁਣ ਕੇ ਆ ਰਿਹਾ ਉਹ ਸਟੇਟਮੈਂਟ ਦੇ ਰਹੇ ਸੀਗੇ ਕਿ ਉਹਨਾਂ ਕੋਲ ਇਹਨਾਂ ਦਾ ਹਿੰਮਤ ਸਿੰਘ ਦਾ ਪੰਜਾਬੀ 'ਚ ਲਿਖਿਆ ਹੋਇਆ ਸਾਈਨਡ ਬਿਆਨ ਵੀ ਹੈਗਾ ਇਹ ਜਸਟਿਸ ਰਣਜੀਤ ਸਿੰਘ ਨੇ ਕਿਹਾ ਬਿਲਕੁਲ ਮੈਂ ਆਉਣ ਤੋਂ ਪਹਿਲਾਂ ਸਟੇਟਮੈਂਟ ਸੁਣ ਕੇ ਆ ਰਿਹਾ ਤਾਂ ਹੁਣ ਇੰਗਲਿਸ਼ ਔਰ ਪੰਜਾਬੀ ਵਾਲੀ ਕਨਫਿਊਜ਼ਨ ਤਾਂ ਖਤਮ ਹੋ ਗਈ ਨੰਬਰ 1 ਨੰਬਰ 2 ਗੁਰਮੁਖ ਸਿੰਘ ਜੀ ਨੇ ਕਿਹਾ ਜੋ ਵੀ ਜਦੋਂ ਅਸੀਂ ਸੀਐਮ ਸਾਹਿਬ ਦੇ ਘਰ ਗਏ ਸਾਨੂੰ ਡਾਕਟਰ ਚੀਮਾ ਨੇ ਹਿੰਦੀ ਵਿੱਚ ਮਾਫੀਨਾਮਾ ਪੜ੍ਹ ਕੇ ਸਮਝਾਇਆ ਵੀ ਭਾਈ ਇਹ ਮਾਫੀਨਾਮਾ ਅਸੀਂ ਸਾਈਨ ਕਰ ਦਿਓ ਅਸੀਂ ਸਾਈਨ ਕਰਕੇ ਲਿਖ ਦਿਆ ਪਰ ਜਦੋਂ ਅਸੀਂ ਦਰਬਾਰ ਸਾਹਿਬ ਆਏ ਉੱਥੇ ਆ ਕੇ ਜਦੋਂ ਮਾਫੀਨਾਮਾ ਸਾਨੂੰ ਦਿਖਾਇਆ ਗਿਆ ਉਹ ਪੰਜਾਬੀ 'ਚ ਸੀਗਾ ਮਤਲਬ ਕਿਆ ਇਹ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਟਾਈਲ ਹੈ ਵੀ ਕਦੀ ਕਦੀ ਅਸੀਂ ਅੰਗਰੇਜ਼ੀ 'ਚ ਬਿਆਨ ਦਿੱਤੇ ਕਦੀ ਕਿਹਾ ਪੰਜਾਬੀ 'ਚ ਦਿੱਤੇ ਕਦੀ ਮਾਫੀਨਾਮਾ ਹਿੰਦੀ 'ਚ ਹੋ ਗਿਆ ਕਦੀ ਪੰਜਾਬੀ 'ਚ ਹੋ ਗਿਆ ਇਹ ਮੈਂ ਗੁਰਮੁਖ ਸਿੰਘ ਜੀ ਦੀ ਸਟੇਟਮੈਂਟ ਜਿਹਨਾਂ ਨੂੰ ਅੱਜ ਇਹਨਾਂ ਨੇ ਹੈੱਡ ਗ੍ਰੰਥੀ ਲਾਇਆ ਉਹ ਸਟੇਟਮੈਂਟ ਸੁਣ ਕੇ ਆ ਰਿਹਾ ਦੇਖ ਕੇ ਆ ਰਿਹਾ ਕਿਆ ਇਹ ਝੂਠ ਹੈ ਇਹ ਦੱਸ ਦਿਓ ਕਿਆ ਗੁਰਮੁਖ ਸਿੰਘ ਜੀ ਨੂੰ ਕਿਹਾ ਸੀਗਾ ਉਹ ਝੂਠ ਹੈ ਸਤਵੀਰ ਬਾਲੀਆ ਜੀ
ਤੁਸੀਂ ਔਰ ਕਾਂਗਰਸ ਤਾਂ ਸਾਰੀ ਰਲੀ ਵੀ ਆਪਸ ਦੇ ਵਿੱਚ ਦੇਖੋ ਉਧਰ ਸੁਖਪਾਲ ਖਹਿਰਾ ਉਧਰ ਰਣਜੀਤ ਸਿੰਘ ਰਣਜੀਤ ਸਿੰਘ ਦੀ ਰਿਪੋਰਟ ਤਾਂ ਪੜ੍ਹਿਆ ਹੈ ਉਹਦਾ ਬਿਆਨ ਵੀ ਸੁਣ ਲਓ ਗੁਰਮੁਖ ਵੀ ਕਿਹਾ ਮੈਥੋਂ ਪੰਜਾਬੀ ਦੇ ਵਿੱਚ ਗੁਰਮੁਖ ਸਿੰਘ ਜੀ ਦਾ ਬਿਆਨ ਔਰ ਨਹੀਂ ਸਿੰਪਲ ਗੱਲ ਇਹ ਆ ਵੀ ਜੇ ਤੁਸੀਂ ਇਹ ਕਹਿੰਦੇ ਹੋ ਗਿਆਨੀ ਗੁਰਮੁਖ ਸਿੰਘ ਦੇ ਜਿਹੜੀ ਮੀਟਿੰਗ ਹੋਈ ਸੀ ਇਹ ਤੁਹਾਡੀ ਮੀਟਿੰਗ ਹੋਈ ਸੀ 11 ਅਕਤੂਬਰ 16 ਨੂੰ ਮੀਡੀਆ ਜਾ ਕੇ ਉਹਦਾ ਬਾਇਕਟ ਬਾਕੀ ਜਥੇਦਾਰਾਂ ਨੇ ਕਿਉਂ ਕੀਤਾ ਸੀ ਨਹੀਂ ਦੇਖੋ ਗੱਲ ਇਹ ਹੈ ਜਦੋਂ ਸਿੱਖ ਧਰਮ ਦੇ ਵਿੱਚ ਇਸ ਗੱਲ ਦਾ ਰੋਸ ਹੋਇਆ ਤਾਂ ਇਹ ਗੱਲ ਬਿਲਕੁਲ ਜਿਹੜੀ ਹੈਗੀ ਹੈ ਰੋਸ ਹੋਇਆ ਕਿਉਂ ਉਹਦੇ ਵਿੱਚ ਕਾਰ ਦੇਖੋ ਰੋਸ ਅੱਜ ਵੀ ਹੈਗਾ ਛੋੜੇ ਦੇਖ ਲੈਂਦੇ ਹੋ ਆਪਸ ਆਵਾਂਗੇ ਰੋਸ ਅੱਜ ਵੀ ਹੈਗਾ ਇਹ ਰੋਸ ਆ ਦੂਰ ਨਹੀਂ ਹੋਇਆ ਕਿਉਂਕਿ ਸਵਾਲ ਇਹ ਹੈਗਾ ਕਿਸ ਦੀ ਹਿੰਮਤ ਮੁੱਕਰ ਰਹੀ ਹੈਗੀ ਆ ਕਮਿਸ਼ਨ ਬਣ ਰਹੀ ਹੈ ਜਾਂਚ ਹੋਵੇਗੀ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਆਵੇਗਾ ਸਵਾਲ ਬਹੁਤ ਸਾਰੇ ਹੈਗੇ ਆ ਹਿੰਮਤ ਕਿਸ ਦੀ ਜਵਾਬ ਦੇ ਰਹੀ ਹੈ ਸਵਾਲ ਇੱਥੇ ਹੈਗਾ ਕਿਹੜਾ ਦੋਸਤੀ ਨਿਭਾ ਰਿਹਾ ਹੈਗਾ ਰਿਪੋਰਟ ਲੀਕ ਹੁੰਦੀ ਹੈ ਰਿਪੋਰਟ ਲੀਕ ਹੋਣ ਤੋਂ ਬਾਅਦ ਗਵਾਹ ਮੁੱਕਰਨੇ ਸ਼ੁਰੂ ਹੋ ਜਾਂਦੇ ਆ ਇਹਨਾਂ ਗਵਾਹਾਂ ਨੂੰ ਕੌਣ ਮੁੱਕਰਾ ਰਿਹਾ ਕੌਣ ਨਹੀਂ ਚਾਹੁੰਦਾ ਇਨਸਾਫ ਹੋਵੇ ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਪੁੱਛਾਂਗਾ ਜ਼ਰੂਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਗਵਾਹੀ ਦੇਣ ਵਾਲੇ ਹਿੰਮਤ ਸਿੰਘ ਦੇ ਇਲਜ਼ਾਮਾਂ ਦਾ ਸੱਚ ਕੀ ਹੈ ਮਨਪ੍ਰੀਤ ਸਿੰਘ ਬਣੀ ਸੰਧੂ ਕਾਂਗਰਸ ਡਿਫੈਂਡ ਕਿਵੇਂ ਕਰੂਗੀ ਹੁਣ ਇਸ ਚੀਜ਼ ਨੂੰ ਕਾਂਗਰਸ ਨੇ ਥੋੜੀ ਡਿਫੈਂਡ ਕਰਨਾ ਇਸ ਚੀਜ਼ ਨੂੰ ਕਾਂਗਰਸ ਤੁਸੀਂ ਅਟੈਕਿੰਗ ਮੋਡ ਦੇ ਵਿੱਚ ਸੀਗੇ ਤੁਸੀਂ ਹੁਣ ਡਿਫੈਂਸਿਵ ਮੋਡ ਦੇ ਵਿੱਚ ਨੋ 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 ਨੋਟ ਐਟ ਆਲ ਨੋਟ ਐਟ ਆਲ ਮੇਰੀ ਗੱਲ ਸੁਣੋ ਗੁਰਪ੍ਰੀਤ ਜੀ ਨੇ ਬੜੀ ਸੋਹਣੀ ਗੱਲ ਜਿਹੜੀ ਸ਼ੁਰੂ ਚ ਕੀਤੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਹ 2+2 ਕਰਨ ਦੀ ਲੋੜ ਨਹੀਂ ਹੈਗੀ ਹੈ ਜਿਵੇਂ ਮਦਨਦੀਪ ਜੀ ਨੇ ਗੱਲ ਕਹੀ ਹੈ ਵੀ 300 ਕਰੋੜ ਰੁਪਏ ਦਾ ਮੁਨਾਫਾ ਹੋਣਾ ਸੀ 100 ਕਰੋੜ ਰੁਪਏ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਾ ਸੀਗਾ ਉਹਨਾਂ ਨੇ ਪੰਥ ਛਿੱਕੇ ਤੇ ਟੰਗ ਕੇ ਤੇ ਸਾਰਾ ਮਾਫੀਨਾਮੇ ਦਾ ਡਰਾਮਾ ਕੀਤਾ ਪਹਿਲਾਂ ਫਿਰ ਉਹਨੂੰ ਵਾਪਸ ਲਿਆ ਅੱਜ ਜਿਹੜੀ ਰਿਸ਼ਵਤਾਂ ਇਹ ਲੈਣ ਦੇ ਆਦੀ ਨੇ ਅਕਾਲੀ ਦਲ ਵਾਲੇ ਉਹੀ ਰਿਸ਼ਵਤ ਇਹਨਾਂ ਨੇ ਦੇ ਦਵਾ ਕੇ ਹਿੰਮਤ ਸਿੰਘ ਦੀ ਹਿੰਮਤ ਫਿਰ ਬਰਕਰਾਰ ਕੀਤੀ ਹੈ ਉਹਨੂੰ ਮੁਕਰਾਇਆ ਹੈਗਾ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕੌਮ ਇੱਕ ਸਵਾਲ ਕਰ ਰਹੀ ਹੈਗੀ ਆ ਕਿ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਨੂੰ ਉਲਝਾਇਆ ਜਾ ਰਿਹਾ ਇਹ ਸਿਆਸਤ ਆ ਜਿਹੜੀ ਸਿਰਫ ਪੰਥ ਤੇ ਕੀਤੀ ਜਾ ਰਹੀ ਹੈ ਤੇ ਪੰਥ ਤੇ ਸਿਆਸਤ ਵੋਟਾਂ ਲੈ ਕੇ ਪਾਸੇ ਹੋ ਜਾਵੇ ਕਿ ਇਨਸਾਫ ਮਿਲੇਗਾ ਨਹੀਂ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਇਹ ਗੱਲ ਜ਼ਿਕਰ ਕਰ ਚੁੱਕੇ ਹਾਂ ਕਿ ਇੱਥੇ ਸਿਆਸਤ ਨੇ ਇੰਨਾ ਗਲਬਾ ਪਾਤਾ ਹੈ ਸਾਡੇ ਧਰਮ ਉੱਤੇ ਵੀ ਅਤੇ ਬਾਕੀ ਪੰਜਾਬ ਉੱਤੇ ਵੀ ਕਿ ਕੋਈ ਸੱਚਾ ਸੁੱਚਾ ਕੋਈ ਸਾਨੂੰ ਜਾਪਦਾ ਹੀ ਨਹੀਂ ਕੋਈ ਬੰਦਾ ਇੱਥੇ ਖੜ੍ਹਾ ਹੈ ਭਾਵੇਂ ਸਿਆਸੀ ਹੋਵੇ ਭਾਵੇਂ ਧਾਰਮਿਕ ਖੇਤਰ 'ਚ ਹੋਵੇ ਸੋ ਹੁਣ ਤੁਸੀਂ ਕਹਿ ਰਹੇ ਸੀਗੇ ਕਿ ਵੀ ਇਹ ਇਹਨਾਂ ਨੇ ਇਲਜ਼ਾਮ ਲਾਤਾ ਕਿ ਵੀ ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਰਲੀ ਮਿਲੀ ਹੈ ਅੱਛਾ ਜਿਹੜਾ ਤੁਸੀਂ ਪਹਿਲਾਂ ਕਿਹਾ ਕਿ ਵੀ ਇਹ ਜਿਹੜੀ ਰਿਪੋਰਟ ਲੀਕ ਹੋਈ ਹੈ ਤਾਂ ਇਹ ਜਾਪਦਾ ਕਿ ਕਾਂਗਰਸ ਅਤੇ ਅਕਾਲੀ ਦਲ ਰਲੇ ਮਿਲੇ ਹੋਏ ਨੇ ਸੋ ਇਹ ਸਿਆਸਤ ਸਾਰੀ ਚੱਲ ਰਹੀ ਹੈ ਅਸੀਂ ਕਹਿ ਰਹੇ ਹਾਂ ਕਿ ਸਿਆਸਤ ਨੂੰ ਛੱਡੋ ਤੁਸੀਂ ਜਿਹੜਾ ਇੱਥੇ ਬੇਅਦਬੀ ਹੋਈ ਹੈ ਤੇ ਜਿਹੜੇ ਸਾਡੇ ਬੱਚੇ ਮਾਰੇ ਗਏ ਨੇ ਉਹ ਰਿਪੋਰਟ ਤੁਸੀਂ ਪੜ੍ਹੀ ਹੋਣੀ ਹੈ ਪੇਪਰ 'ਚ ਕਿ ਇੱਕ ਉਹ ਕਹਿੰਦੇ ਗੋਲੀ ਉੱਤੋਂ ਗਈ ਹੈ ਜਿਹੜਾ ਬੰਦਾ ਹੈਗਾ ਜਿਹੜਾ ਜਿਹਨੇ ਉਹ ਡਾਕਟਰ ਨੇ ਦਿੱਤੀ ਹੈ ਕਿ ਬੈਠਿਆ ਉਹਨੂੰ ਜਿੱਦਾਂ ਕਹਿੰਦਾ ਕਿ ਵੀ ਬੰਦਾ ਬੈਠਾ ਹੋਇਆ ਤਾਂ ਉੱਤੋਂ ਉਹਨੂੰ ਗੋਲੀ ਮਾਰੀ ਹੈ ਉਹਨਾਂ ਨੂੰ ਇਨਸਾਫ ਕੌਣ ਦੇਗਾ ਅਗਰ ਅਸੀਂ ਸਾਰੇ ਇਹਦੇ ਸਿਆਸਤ ਦੇ ਵਿੱਚ ਅਸੀਂ ਰਹਿ ਗਏ ਤਾਂ ਉਹਨਾਂ ਨੂੰ ਇਨਸਾਫ ਕੌਣ ਦੇਗਾ ਅਸੀਂ ਇਹ ਕਹਿ ਰਹੇ ਹਾਂ ਸਾਡੇ ਪਾਸੋਂ ਉਮੀਦ ਰੱਖਦੇ ਹਾਂ ਕਾਂਗਰਸ ਦੇ ਵੀ ਇੱਥੇ ਬੈਠੇ ਨੇ ਇਹਨਾਂ ਦੀ ਸਰਕਾਰ ਅੱਜ ਹੈਗੀ ਤੁਹਾਡੇ ਕੋਲ ਰਿਪੋਰਟ ਆ ਗਈ ਮੈਂ ਪਹਿਲਾਂ ਵੀ ਇਹ ਦੁਹਰਾ ਚੁੱਕਿਆ ਰਿਪੋਰਟ ਆ ਗਈ ਹੈ ਮਿਹਰਬਾਨੀ ਕਰਕੇ ਇਹਨੂੰ ਹੋਰ ਤੁਸੀਂ ਕਮਿਸ਼ਨਾਂ ਦੇ ਵੱਲ ਨਾ ਸੌਂਪੋ ਹੁਣ ਇਹ ਜਿਹੜੀ ਰਿਪੋਰਟ ਆ ਚੁੱਕੀ ਇਹਦੇ ਤੇ ਤੁਹਾਨੂੰ ਐਗਜ਼ੈਕਟਿਵ ਐਕਸ਼ਨ ਲੈਣਾ ਚਾਹੀਦਾ ਹੈ ਜਿਹੜੇ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਦੇ ਤੇ ਐਫ ਆਈ ਆਰ ਕਰੋ ਉਹਨਾਂ ਨੂੰ ਅੰਦਰ ਸੁੱਟੋ ਜੋ ਮਰਜ਼ੀ ਕਰੋ ਇਹ ਸਾਡੇ ਇਹ ਤਾਂ ਹੀ ਸਾਡਾ ਜਿਹੜਾ ਬੇਅਦਬੀ ਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਸਾਡੇ ਜਿਹੜੇ ਬੱਚੇ ਮਾਰੇ ਗਏ ਨੇ ਨਿਹੱਤੇ ਦੇਖੋ ਉੱਥੇ ਉਸ ਟਾਈਮ ਦਾ ਜਿਹੜਾ ਡੀ ਸੀ ਹੈਗਾ ਫਰੀਦਕੋਟ ਦਾ ਉਹ ਬਾਰ ਬਾਰ ਕਹੀ ਜਾ ਰਿਹਾ ਪੀਸਫੁਲ ਪ੍ਰੋਟੈਸਟ ਪਾਠ ਕਰ ਰਹੇ ਸੀਗੇ ਉਹ ਪੀਸਫੁਲ ਪ੍ਰੋਟੈਸਟ ਹੋ ਰਿਹਾ ਉਹਦੇ ਬਾਵਜੂਦ ਵੀ ਇਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਇਹਦਾ ਕੌਣ ਜਵਾਬ ਦੇ ਰਿਹਾ ਆਪਾਂ ਇਸ ਦੇ ਪਾਸੇ ਆਪਾਂ ਤੁਰੇ ਨਹੀਂ ਹਾਂ ਆਪਾਂ ਹਿੰਮਤ ਸਿੰਘ ਦੇ ਉੱਤੇ ਲੱਗੇ ਹੋਏ ਹਾਂ ਹਿੰਮਤ ਸਿੰਘ ਇੱਕ ਮੇਰਾ ਖਿਆਲ ਹੈ ਬੰਦਾ ਜ਼ੀਰੋ ਬੰਦਾ ਮੇਰੇ ਹਿਸਾਬ ਨਾਲ ਨਿਕਲਿਆ ਜਿਹੜਾ ਕਿ ਮੁੱਕਰ ਗਿਆ ਆਪਣਾ ਬਿਆਨ ਦੇ ਕੇ ਸਾਨੂੰ ਇਹ ਗੁਰਪ੍ਰੀਤ ਸਿੰਘ ਮੇਰਾ ਸਵਾਲ ਇਹ ਵੀ ਹੈਗਾ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕੀ ਤੁਸੀਂ ਝੂਠ ਬੋਲ ਸਕਦੇ ਹੋ ਯਾਰ ਇੱਥੇ ਪੰਜਾਬ ਕੁਝ ਵੀ ਹੋ ਸਕਦਾ ਆਈ ਐਮ ਸੌਰੀ ਟੂ ਸੇ ਮੈਂ ਬਥੇਰੇ ਦੇਖ ਲੈਤੇ ਨੇ ਜਿਹੜੇ ਕਿ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਵੀ ਝੂਠ ਬੋਲਣਗੇ ਇਟ ਇਜ਼ ਸੈਡ ਬਟ ਮੇਰਾ ਸਵਾਲ ਹੀ ਖਤਮ ਹੋਇਆ ਗੁਰਪ੍ਰੀਤ ਸਿੰਘ ਮੇਰਾ ਸਵਾਲ ਖਤਮ ਹੋ ਗਿਆ ਗੱਲ ਪਤਾ ਕੀ ਗੱਲ ਇਹ ਹੈ ਅਕਾਲੀ ਦਲ ਨੂੰ ਆਪਣਾ ਪਤਨ ਦਿਖ ਰਿਹਾ ਹੈਗਾ ਐਸਏਡੀ ਪ੍ਰਧਾਨ ਨੂੰ ਸਮਝ ਆ ਗਈ ਹੈ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਸਮਝ ਆ ਗਈ ਹੈ ਕਿ ਇਹ ਸਾਰੀ ਗੱਲ ਆ ਕੇ ਮੇਰੇ ਸਿਰ ਤੇ ਰੁਕ ਰਹੀ ਹੈ ਮੇਰੇ ਘਰ ਤੇ ਰੁਕਣੀ ਹੈ ਉਹਨਾਂ ਨੂੰ ਇਹ ਸਮਝ ਆ ਗਈ ਹੈ ਅੱਜ ਤੱਕ ਇਸ ਗੱਲ ਦਾ ਦੇਖੋ ਇਸ ਗੱਲ ਦਾ ਕਈ ਗੱਲਾਂ ਦੇ ਪ੍ਰਮਾਣ ਨਹੀਂ ਹੁੰਦੇ ਪ੍ਰੂਫ ਨਹੀਂ ਹੁੰਦੇ ਲੇਕਿਨ ਮੈਂ ਜਿਹੜਾ ਸਵਾਲ ਕੀਤਾ ਹੈ ਅੱਜ ਤੱਕ ਕਿਸੇ ਜਥੇਦਾਰ ਨੂੰ ਜਿਹਨੂੰ ਇਹਨਾਂ ਨੇ ਬਰਖਾਸਤ ਕੀਤਾ ਹੋਵੇ ਕਿਆ ਉਹਨੂੰ ਕਦੇ ਵਾਪਸ ਲਿਆਂਦਾ
इमीजिएटली या इन भाई गुरमुख सिंह उन्होंने वापस लिया गया है। ये बकायदा एक डील हुई है इन्हों की आपस के उस डील के तहत हिम्मत सिंह के नाल जी डील हुई है उस दे तहत वो मुकर है। पहली गल दूसरी गल सब तो बड़ा अफसोस यह है कि पंथक सरकार घवाने वाली अकाली दल की सरकार सरदार प्रकाश सिंह बादल होना की सरकार के जदों बहबल कलां बरगाड़ी कांड होए ने उत्थे अणपछाते बंदे ने गोली मारती पुलिस कद तो अणपछाती होंगी है। हुण अफसर जे रिपोर्ट आई है जिवें गुरप्रीत जी ने कहा एग्जैक्टिव एक्शन, मैं श्योर करदा गुरप्रीत जी एग्जैक्टिव एक्शन सीएम साहब वचनबद्ध ने इस गल ते एग्जैक्टिव एक्शन पूरा होगा। FIR has been lodged, the officers who were there उन्हां दे नाम इंक्लूड कर दिते गए ने, law will definitely follow the process। अमरजीत सितार ਅਸੀਂ ਇਸ ਗੱਲ ਦੇ ਹੁਣ ਇਹ ਸਾਰਾ ਕੁਝ ਵਿਧਾਨ ਸਭਾ ਦੇ ਵਿੱਚ ਜਾਣਾ ਹੈਗਾ, ਵਿਧਾਨ ਸਭਾ ਦੇ ਵਿੱਚ ਤੁਸੀਂ ਰੁਕੋਗੇ, ਉਹ ਰਿਪੋਰਟ ਹੈ ਉੱਥੇ ਬਹਿ ਕੇ ਸੁਣੋਗੇ ਪੜੋਗੇ ਜਾਂ ਤੁਸੀਂ ਵਾਕਆਊਟ ਕਰ ਜਾਓਗੇ ਜਾਂ ਵਾਕਆਊਟ ਕਰ ਦੋਗੇ। ਇੱਕ ਮਿੰਟ ਪਹਿਲਾਂ ਸਵਾਲ ਲੈ ਲਓ ਕਿ ਵਾਕਆਊਟ ਦੀ ਤਿਆਰੀ ਤਾਂ ਕਰਦੇ ਪਹਿਲਾਂ ਹੀ, ਇਹ ਬਾਇਕਾਟ ਦੀ ਕਰ ਰਹੇ ਨੇ। ਇੱਕ ਮਿੰਟ ਦੇਖੋ ਜਿਹੜੀ ਜਿੱਥੋਂ ਤੱਕ ਰਿਪੋਰਟ ਦੀ ਗੱਲ ਹੈਗੀ ਹੈ, ਤਿੰਨ ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਹੈ ਜਿਨ੍ਹਾਂ ਦੇ ਵਿੱਚ ਇੱਕ ਦਿਨ ਹੈ ਜਿਹੜਾ ਸ਼ਰਧਾਂਜਲੀਆਂ ਦੇ ਵਿੱਚ ਲੰਘ ਜਾਣਾ। ਮੈਂ ਤੁਹਾਨੂੰ ਇਹ ਡੈਫੀਨੇਟਲੀ ਕਹਿ ਰਿਹਾ ਕਿ 169 ਪੇਜ ਪੜ੍ਹ ਕੇ ਡਿਸਕਸ ਦੋ ਦਿਨ ਦੇ ਵਿੱਚ ਨਹੀਂ ਹੋ ਸਕਦਾ। ਚਲੋ ਮੈਂ ਇੱਕ ਸਵਾਲ ਅਗਲਾ ਸਵਾਲ ਨਾ ਰੱਖ ਰਿਹਾ ਤੁਹਾਡੇ ਸਵਾਲ ਦੇ ਨਾਲ ਰੱਖ ਰਿਹਾ। ਜੇ ਸੈਸ਼ਨ ਉੱਥੇ ਵਧਾਇਆ ਜਾਂਦਾ ਤੁਸੀਂ ਤਿਆਰ ਹੋ? ਪਹਿਲੇ ਦਾ ਜਵਾਬ ਜੇ ਸੈਸ਼ਨ ਵਧਾਇਆ ਜਾਂਦਾ ਤਿਆਰ ਹੋ? ਉਹੀ ਜਵਾਬ ਦੇ ਰਿਹਾ ਦੋ। ਉਹ ਜਵਾਬ ਇਹ ਹੈਗਾ ਜੀ ਕਿ ਜਦੋਂ ਅਸੀਂ ਜਸ ਰਣਜੀਤ ਸਿੰਘ ਦੀ ਦੇ ਕਮਿਸ਼ਨ ਨੂੰ ਮੰਨਦੇ ਹੀ ਨਹੀਂ ਤਾਂ ਸਾਡਾ ਉਸ ਕਮਿਸ਼ਨ ਦੇ ਉੱਤੇ ਬਹਿਸ ਕਰਨ ਜਾਂ ਡਿਸਕਸ ਕਰਨ ਦਾ ਕੋਈ ਮਤਲਬ ਨਹੀਂ। ਅਸੀਂ ਨਾਲ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਦਾ ਕੋਈ ਵੀ ਸਿਟਿੰਗ ਜੱਜ ਲਾ ਕੇ ਇਸ ਦੀ ਜਿਹੜੀ ਹੈਗੀ ਹੈ ਇਨਕੁਆਇਰੀ ਕਰਾਈ ਜਾਵੇ, ਕਿਉਂਕਿ ਪਹਿਲਾਂ ਮੈਂ ਇੱਕ ਸਵਾਲ ਹੋਰ ਕਰ ਦੇਣਾ ਮਜ਼ਦਾਰ ਨਹੀਂ, ਇੱਕ ਸਵਾਲ ਮੈਂ ਹੋਰ ਕਰ ਦੇਣਾ। ਹਾਂਜੀ ਹਾਂ, ਤੁਸੀਂ ਵਿਧਾਨ ਸਭਾ ਦੇ ਵਿੱਚ ਖੜ ਕੇ ਗੱਲ ਕਹੋ ਕਿ ਹਿੰਮਤ ਸਿੰਘ ਜਿਹੜੇ ਬਿਆਨ ਦਿੱਤੇ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਕਾਰਵਾਈ ਹੋਵੇ, ਇਹ ਗੱਲ ਵਿਧਾਨ ਸਭਾ ਵਿੱਚ ਕਹੋਗੇ ਤੁਸੀਂ? ਤੁਸੀਂ ਦੇਖੋ ਗੱਲ ਇਹ ਆ ਕੇ ਪੀ ਜੀ ਤੁਸੀਂ ਸਾਨੂੰ ਫਸਾ ਰਹੇ ਹੋ ਬਿਨਾਂ ਫਸਾ ਕਿਉਂ ਰਿਹਾ? ਮੈਂ ਸਾਡਾ ਤਲਕ ਕੀ ਹੈ ਹਿੰਮਤ ਸਿੰਘ ਦੇ ਨਾਲ? ਤੁਸੀਂ ਉਹ ਗੱਲ ਨਹੀਂ ਕਰੋਗੇ ਉੱਥੇ? ਸਾਡਾ ਹਿੰਮਤ ਸਿੰਘ ਤੁਸੀਂ ਇਹ ਗੱਲ ਉੱਥੇ ਸਦਨ ਦੇ ਵਿੱਚ ਨਹੀਂ ਰੱਖੋਗੇ? ਉਹ ਸਾਰੇ ਪ੍ਰੈਸ ਕਹਿ ਰਹੀ ਹੈ ਜੀ, ਤੁਸੀਂ ਨਾਲ ਤੁਸੀਂ ਨਾਲ ਹੋ ਕੇ ਮਦਨਦੀਪ ਮੇਰਾ ਸਵਾਲ ਬੜਾ ਸਿੰਪਲ ਹੈ, ਮਦਨਦੀਪ ਸ਼੍ਰੋਮਣੀ ਅਕਾਲ ਦਾ ਨਾਲ ਹੋ ਕੇ ਵੀ ਦੂਰ ਹੋ ਰਿਹਾ ਕਿਉਂ? ਦੇਖੋ ਗੱਲ ਸਿੰਪਲ ਹੈ, ਮੇਰੀ ਇੱਕ ਗੱਲ ਸੁਣੋ, ਇੱਕ ਮਿੰਟ ਹਿੰਮਤ ਸਿੰਘ ਦੀ ਜਿਹੜੀ ਗੱਲ ਕਰਦੇ ਆ ਤੁਸੀਂ ਸਾਡੇ ਨਾਲ ਕਿਉਂ ਜੋੜ ਰਹੇ ਹੋ? ਚਲੋ ਠੀਕ ਹੈ, ਤੁਹਾਡੇ ਨਾਲ ਹੈ, ਠੀਕ ਦੱਸੋ ਮੇਰਾ ਸਵਾਲ ਹੈ ਮਦਨਦੀਪ, ਤੁਹਾਡੇ ਨਾਲ ਸ਼੍ਰੋਮਣੀ ਅਕਾਲ ਦਾ ਨਾਲ ਹੋ ਕੇ ਗੱਲ ਸੁਣੋ, ਗੁਰਮੁਖ ਸਿੰਘ ਦਾ ਭਰਾ ਹੋਣ ਦੇ ਨਾਤੇ ਤੁਹਾਡੇ ਨਾਲ ਸੰਬੰਧ ਬਣਦਾ ਕਿ ਨਹੀਂ ਬਣਦਾ? ਤੁਸੀਂ ਸਾਡੇ ਨਾਲ ਨਹੀਂ ਬਣਦਾ ਹੈਗਾ, ਬਿਲਕੁਲ ਨਹੀਂ ਬਣਦਾ। ਹਿੰਮਤ ਸਿੰਘ ਦਾ ਸੰਬੰਧ ਕਾਂਗਰਸ ਨਾਲ ਹੈ, ਉਹ ਸਾਰੀ ਦੁਨੀਆ ਦੇਖ ਰਹੀ ਹੈ ਜੀ, ਸਭ ਦੇ ਸਾਹਮਣੇ ਆ, ਤੁਹਾਡੇ ਸਾਹਮਣੇ ਆ। ਤੁਸੀਂ ਦੱਸੋ ਇੱਕ ਸੋਫੇ ਦੇ ਉੱਤੇ ਰੰਧਾਵਾ ਸਾਹਿਬ ਤੇ ਉਹ ਇਸ ਤਰ੍ਹਾਂ ਬੈਠੇ ਆ ਜਿਵੇਂ ਦੋਸਤ ਬੈਠੇ ਹੁੰਦੇ ਆ। ਹੁਣ ਅਕਾਲੀ ਦਲ ਕਹਿ ਰਿਹਾ ਕਿ ਹਿੰਮਤ ਸਿੰਘ ਦੀ ਸੁਰੱਖਿਆ ਨੂੰ ਖਤਰਾ। ਦੇਖੋ ਸਰਕਾਰ ਜਿਹੜੀ ਹੈਗੀ ਸ਼੍ਰੋਮਣੀ ਕਮੇਟੀ ਦਾ ਇੰਪਲਾਈ, ਸ਼੍ਰੋਮਣੀ ਕਮੇਟੀ ਦਾ ਇੰਪਲਾਈ ਹੈ, ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਦੀ ਹੈ ਤੇ ਸੰਬੰਧ ਕਿਉਂ ਨਹੀਂ ਜੀ ਤੁਹਾਡਾ? ਯਾਰ ਮੇਰੀ ਗੱਲ ਸੁਣੋ ਮਦਨ ਜੀ, ਉਹ ਸਾਡਾ ਇੰਪਲਾਈ ਸੀ, ਫਿਰ ਤੁਸੀਂ ਕਿਵੇਂ ਖਰੀਦ ਲਿਆ ਕਾਂਗਰਸ ਨੇ? ਕਾਂਗਰਸ ਨੇ ਕਿਵੇਂ ਖਰੀਦ ਲਿਆ? ਮੈਂ ਕਾਂਗਰਸੀ ਨਹੀਂ, ਮੈਂ ਤੁਸੀਂ ਨਹੀਂ ਕਹਿ ਰਿਹਾ, ਤੁਸੀਂ ਗੱਲ ਕਰ ਰਹੇ ਆ ਕਾਂਗਰਸ ਵੱਲੋਂ, ਮੈਂ ਤੁਹਾਨੂੰ ਕਹਿ ਰਿਹਾ ਕਿ ਰੰਧਾਵਾ ਸਾਹਿਬ ਦੇ ਕਿਵੇਂ ਨੇੜੇ ਚਾਹੀਦੇ ਹੋ? ਅਕਾਲੀ ਦਲ ਇੱਕ ਮਿੰਟ ਗੱਲ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਹਿੰਮਤ ਸਿੰਘ ਨੂੰ ਕਾਂਗਰਸ ਨੇ ਖਰੀਦਿਆ, ਤੁਸੀਂ ਇਹ ਗੱਲ ਕਹਿ ਰਹੇ ਹੋ? ਅਸੀਂ ਕਿਉਂ ਕਹਿ ਰਹੇ ਹਾਂ? ਅਸੀਂ ਕਿਉਂ ਕਹਿ ਰਹੇ ਹਾਂ ਹਿੰਮਤ ਸਿੰਘ ਨੂੰ ਖਰੀਦਿਆ? ਇਹਦਾ ਮਤਲਬ ਹਿੰਮਤ ਸਿੰਘ ਨੂੰ ਹੁਣ ਵੀ ਖਰੀਦਿਆ ਗਿਆ? ਇਹਦਾ ਮਤਲਬ ਇਹ ਨਿਕਲਦਾ? ਅਸੀਂ ਨਹੀਂ ਕਹਿ ਰਹੇ, ਅਸੀਂ ਕਹਿੰਦੇ ਪ੍ਰੈਸ ਕਹਿ ਰਹੀ ਹੈ। ਹੁਣ ਇਹ ਗੱਲ ਕਹੀ ਹੈ ਤੁਸੀਂ, ਕਰਨੀ ਸਾਹਿਬ ਤੁਸੀਂ ਹੁਣ ਇਹ ਗੱਲ ਕਹੀ ਹੈ, ਤੁਸੀਂ ਜੇ ਹਿੰਮਤ ਸਿੰਘ ਨੂੰ ਉਦੋਂ ਖਰੀਦਿਆ ਗਿਆ ਕਿ ਹਿੰਮਤ ਸਿੰਘ ਨੂੰ ਅੱਜ ਵੀ ਖਰੀਦਿਆ ਜਾ ਸਕਦਾ? ਤੁਹਾਡੇ ਸਾਹਮਣੇ ਆ ਬੈਠਾ, ਪ੍ਰੈਸ ਕਹਿ ਰਹੀ ਹੈ, ਅਸੀਂ ਕਿਉਂ ਕਹਿ ਰਹੇ? ਨਹੀਂ ਤੁਸੀਂ ਅਸੀਂ ਸਵਾਲ ਦਾ ਜਵਾਬ ਨਹੀਂ ਦਿੰਦੇਗੇ। ਦੇਖੋ ਅਸੀਂ ਤਾਂ ਸਵਾਲ ਨਹੀਂ ਪੁੱਛਿਆ, ਸ਼੍ਰੋਮਣੀ ਅਕਾਲੀ ਦਲ ਦਾ ਇੰਪਲਾਈ ਸੀ ਉਹ, ਠੀਕ ਹੈ, ਸੀ ਗਿਆਨੀ ਗੁਰਮੁਖ ਸਿੰਘ ਦਾ ਭਰਾ ਆ, ਗਿਆਨੀ ਗੁਰਮੁਖ ਸਿੰਘ ਜਥੇਦਾਰ ਆ, ਠੀਕ ਹੈ, ਤੁਸੀਂ ਤਾਂ ਦੇਖੋ ਜੋੜ ਰਹੇ ਆ ਸਾਰਾ ਕੁਝ ਭਾਜੀ, ਇਹਨਾਂ ਚੀਜ਼ਾਂ ਦੇ ਨਾਲ ਨਹੀਂ ਗੱਲਾਂ ਉਹ ਸਕਿਆ ਮਾਵਾ ਦੇ ਜਾਏ, ਮਸਲਾ ਪਤਾ ਕੀ ਹੈਗਾ, ਮਸਲਾ ਇਹ ਹੈਗਾ ਜੋੜਿਆ ਦੋਨੋਂ ਸਕਿਆ ਮਾਵਾ ਦੇ ਜਾਏ ਆ ਬੈਠੇ ਆ, ਇਹ ਵੀ ਵਕੀਲ ਆ, ਦੇਖੋ ਗੱਲ ਸੁਣੋ, ਜਦੋਂ ਇੱਕ ਜੱਜ ਤੇ ਇੱਕ ਜੁਡੀਸ਼ੀਅਲ ਆਫੀਸਰ ਦੇ ਉੱਤੇ
ਇਹ ਗੱਲ ਆ ਜਾਵੇ ਕਿ ਇਹ ਬਾਇਸ ਹੈਗਾ ਤਾਂ ਉਹ ਆਪਣੇ ਆਪ ਜਿਹੜਾ ਹੈਗਾ ਉਸ ਤੋਂ ਪਿੱਛੇ ਹਟ ਜਾਂਦਾ ਹੁੰਦਾ ਸੈਕੰਡ ਗੱਲ ਹੀ ਨਹੀਂ ਹੁੰਦੀ ਹੈਗੀ ਜਦੋਂ ਤੋਂ ਐਲੀਗੇਸ਼ਨ ਲੱਗ ਰਹੇ ਹੈ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਇਹ ਕਰਨਾ ਸਤਵੀਰ ਵਾਲੀ ਜਿਹੜੇ ਪੋਲੀਟੀਸ਼ੀਅਨ ਹੈ ਕਿਸੇ ਇੱਕ ਨੂੰ ਨਹੀਂ ਟਿਕਣ ਦੇਣਗੇ ਕੋਈ ਇਨਕੁਆਇਰੀ ਨਹੀਂ ਹੁੰਦੀ ਵਾਲੀ ਲਾਸਟ ਕਮੈਂਟ ਮੈਨੂੰ ਤੁਹਾਡੇ ਚਾਹੀਦੀ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਿਹੜੇ ਐਲੀਗੇਸ਼ਨ ਲੱਗੇ ਹੈ ਚਾਹੇ ਕੈਬਨਿਟ ਮੰਤਰੀ ਤੇ ਐਲੀਗੇਸ਼ਨ ਲੱਗੇ ਹੈ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜਾਂ ਗੱਲੀਬਾਤੀ ਇਲਜ਼ਾਮ ਲਾ ਕੇ ਇੱਕ ਦੂਜੇ ਤੇ ਪਾਸੇ ਹੋ ਜਾਓਗੇ ਸਾਰੇ ਆਓ ਦੇਖੋ ਪਹਿਲਾਂ ਅੱਧੇ ਸਕਿੰਟ ਮੈਂ ਗੱਲ ਨੂੰ ਮੇਨ ਸਿਰੇ ਦੀ ਗੱਲ ਕਰਾਂ ਇਹ ਅੱਜ ਐਲੀਗੇਸ਼ਨ ਲਗਾ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕਿ ਉਹ ਬਾਇਸਡ ਹੈ ਉਹਨਾਂ ਨੇ ਐਸਜੀਪੀਸੀ ਦੇ ਮੈਂਬਰਸ ਨੂੰ ਜਥੇਦਾਰਾਂ ਨੂੰ ਕਾਲ ਕੀਤਾ ਤੁਸੀਂ ਆ ਕੇ ਸਟੇਟਮੈਂਟ ਰਿਕਾਰਡ ਕਰਾਓ ਐਸਜੀਪੀਸੀ ਨੇ ਟੋਟਲੀ ਰਿਫਿਊਜ਼ ਕਰਤੇ ਆ ਅਸੀਂ ਆਪਣੀ ਸਟੇਟਮੈਂਟ ਤੁਹਾਡੇ ਕੋਲ ਰਿਕਾਰਡ ਨਹੀਂ ਕਰਾਣੀ ਡੇਢ ਸਾਲ ਇਹ ਬਹਿਬਲ ਕਲਾ ਕਾਂਡ ਹੋਣ ਤੋਂ ਬਾਅਦ ਗੁਰੂ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਦੋ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਡੇਢ ਸਾਲ 'ਚ ਅਕਾਲੀ ਦਲ ਨੇ ਕੀ ਕੀਤਾ ਪੋਸਟਮਾਰਟਮ 'ਚ ਗੋਲੀਆਂ ਟੈਂਪਰ ਤੱਕ ਕਿੰਨੇ ਰਾਜ 'ਚ ਹੋਈਆਂ ਉਹ ਕਿਹਨੇ ਕਰਵਾਈਆਂ ਜੇ ਤੁਹਾਡੀ ਸਰਕਾਰ ਸੀਗੀ ਤੁਸੀਂ ਗੋਲੀਆਂ ਟੈਂਪਰ ਕਰਾਈਆਂ ਇਟ ਮੀਨਸ ਤੁਹਾਡੀ ਸਟ੍ਰੈਟਜੀ ਸੀਗੀ ਇਹ ਕਲੀਅਰ ਹੈ ਅਦਰਵਾਈਜ਼ ਇੱਕ ਪੋਸਟਮਾਰਟਮ ਕਰਨ ਵਾਲੀ ਦੀ ਕਿਆ ਹਿੰਮਤ ਕਿ ਅੱਡਾ ਵੱਡਾ ਵਾਰਦਾਤ ਹੋ ਜਾਏ ਅੱਡੀ ਵੱਡੀ ਸ਼ਹਾਦਤ ਹੋ ਜਾਏ ਦੋ ਸਿੰਘਾਂ ਦੀ ਔਰ ਗੋਲੀਆਂ ਟੈਂਪਰ ਹੋ ਜਾਣ ਇਹ ਨਹੀਂ ਹੋ ਸਕਦਾ ਜੇ ਤੁਹਾਡੀ ਔਰ ਪਰਚਾ ਅਣਪਛਾਤੀ ਪੁਲਿਸ ਤੇ ਹੋਇਆ ਜੇ ਸਾਰਾ ਹੋਇਆ ਇਹ ਇੰਟੈਂਸ਼ਨਲੀ ਹੋਇਆ ਇਹ ਸਾਰੀ ਅਕਾਲੀ ਦਲ ਦੀ ਦੇਣ ਸੀਗੀ ਅੱਜ ਤੁਸੀਂ ਉਂਗਲਾ ਚੱਕ ਦਿਓ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਦਕਿ ਤੁਹਾਡੇ ਐਸਜੀਪੀਸੀ ਮੈਂਬਰ ਉਹਨਾਂ ਸਾਹਮਣੇ ਗਵਾਹੀ ਦੇਣ ਦੇ ਮੁੱਕਰ ਗਏ ਤੁਸੀਂ ਅੱਜ ਗੱਲ ਕਰ ਰਹੇ ਸੁਪਰੀਮ ਕੋਰਟ ਦੇ ਜੱਜ ਨੂੰ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਸੀਂ ਡੇਢ ਸਾਲ ਕੀ ਕੀਤਾ ਉਹ ਦੱਸੋ ਹਾਂ ਤਾਰਨੀ ਸਾਹਿਬ ਨਾ ਕੋਈ ਪੁਲਿਸ ਇਨਕੁਆਇਰੀ ਨਾ ਕੋਈ ਐਫਆਈਆਰ ਦਰਜ ਮੇਰਾ ਸਵਾਲ ਹੈ ਲਈ ਤਾਰਨੀ ਸਾਹਿਬ ਤਾਰਨੀ ਸਾਹਿਬ ਤੁਸੀਂ ਚਾਹੁੰਦੇ ਹੋ ਕਿ ਇਨਸਾਫ ਮਿਲੇ ਬਿਲਕੁਲ ਅਸੀਂ ਚਾਹੁੰਦੇ ਹਾਂ ਇਨਸਾਫ ਮਿਲੇ ਦੇਖੋ ਸਾਨੂੰ ਵੀ ਅਕਾਲੀ ਵਕਤ ਲੈ ਕੇ ਜਾਓ ਗ੍ਰਹਿ ਮੰਤਰੀ ਸਾਹਿਬ ਕੋਲੇ ਸੀਬੀਆਈ ਜਾਂਚ ਜਲਦੀ ਕਰਵਾਓ ਬਿਲਕੁਲ ਬਿਲਕੁਲ ਜਾਓ ਅਸੀਂ ਮੈਂ ਉਹਦਾ ਜਵਾਬ ਬਹੁਤ ਬਹੁਤ ਪੰਤਾਂ ਮੁੱਦੇ ਲੈ ਕੇ ਜਾਂਦੇ ਨਾ ਇਹ ਲੈ ਕੇ ਜਾਓ ਇਸ਼ੂ ਲੈ ਕੇ ਜਾਓ ਵਕਤ ਲੈ ਕੇ ਜਾਓ ਗ੍ਰਹਿ ਮੰਤਰੀ ਸਾਹਿਬ ਬਿਲਕੁਲ ਮੈਂ ਉਹਦੀ ਇੱਕੋ ਗੱਲ 'ਚ ਜਾਣਾ ਸਭ ਤੋਂ ਪਹਿਲਾਂ ਕਿਉਂਕਿ ਇਸ ਦੇ ਵਿੱਚ ਪੁਲਿਸ ਇਨਵੋਲਵ ਸੀ ਅਸੀਂ ਜਿਹੜਾ ਹੈਗਾ ਕੇਸ ਹੈ ਜਿਹੜਾ ਸੀਬੀਆਈ ਨੂੰ ਟ੍ਰਾਂਸਫਰ ਕਰਤਾ ਸੀ ਔਰ ਸੀਬੀਆਈ ਦੀ ਇਨਕੁਆਇਰੀ ਇਹਨਾਂ ਨੇ ਚੱਲਣ ਨਹੀਂ ਦਿੱਤੀ ਇਹਨਾਂ ਨੇ ਕਿਹਾ ਕੋਈ ਕਮਿਸ਼ਨ ਬਣਾਇਆ ਜਾਵੇ ਹਾਈ ਕੋਰਟ ਨੂੰ ਅਸੀਂ ਇਹ ਲਿਖਿਆ ਕਿ ਸਾਨੂੰ ਕੋਈ ਜਿਹੜਾ ਹੈਗਾ ਜੱਜ ਦੱਸਿਆ ਜਾਵੇ ਜਿਹੜਾ ਇਸ ਲਈ ਉਹ ਉਹਨਾਂ ਨੇ ਜਸਟਿਸ ਜੋਰਾ ਸਿੰਘ ਦਾ ਨਾਂ ਦਿੱਤਾ ਅਸੀਂ ਉਹ ਜਸਟਿਸ ਜਿਹੜਾ ਜੋਰਾ ਸਿੰਘ ਵਾਲਾ ਕਮਿਸ਼ਨ ਬਣਾਤਾ ਉਸ ਕਮਿਸ਼ਨ ਦੀ ਰਿਪੋਰਟ ਇਹਨਾਂ ਨੇ ਕਿਤੇ ਲਾਗੂ ਨਹੀਂ ਕੀਤੀ ਕਮਿਸ਼ਨ ਬਣਾਉਣ ਦੀ ਲੋੜ ਕੀ ਸੀਗੀ ਜਿਹੜਾ ਐਫਆਈਆਰ ਦਰਜ ਕਰਕੇ ਤੇ ਇਨਕੁਆਰੀ ਹੋ ਸਕਦੀ ਸੀਗੀ ਠਹਿਰੋ ਤਾਂ ਸਹੀ ਠਹਿਰੋ ਗੋਲੀ ਆਇਡੈਂਟੀਫਾਈ ਕਰੀ ਜਾ ਸਕਦੀ ਸੀਗੀ ਤੁਸੀਂ ਤਾਂ ਬਹੁਤ ਬਾਕੀ ਐਸਐਸਐਲ ਦੀ ਰਿਪੋਰਟ ਰਫਾ ਵੀ ਲਈ ਜਾ ਸਕਦੀ ਸੀਗੀ ਅਣਪਛਾਤੀ ਪੁਲਿਸ ਕਿਹੜੀ ਹੁੰਦੀ ਆ ਇੱਕ ਮਿੰਟ ਇੱਕ ਮਿੰਟ ਇਹ ਦੱਸ ਦਿਓ ਅਣਪਛਾਤੀ ਪੁਲਿਸ ਕਿਹੜੀ ਨਹੀਂ ਗੋਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਤੁਹਾਡੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਤੁਸੀਂ ਅਣਪਛਾਤੀ ਪੁਲਿਸ ਦੱਸ ਦਿਓ ਕਿਹੜੀ ਹੁੰਦੀ ਹੈ ਸਾਡਾ ਮਕਸਦ ਹੈ ਦੋਸ਼ੀਆਂ ਨੂੰ ਸਜ਼ਾ ਮਿਲੇ ਚਾਹੇ ਉਹ ਸਾਡਾ ਵੀ ਮਕਸਦ ਹੈ ਕਿ ਚਾਹੇ ਉਹ ਕੋਈ ਚਲੋ ਮੈਨੂੰ ਚਰਚਾ ਸਮਾਪਤ ਕਰਨੀ ਪੈ ਰਹੀ ਹੈ ਮੈਂ ਹੋਰ ਵਕਤ ਨਹੀਂ ਦੇ ਸਕਦਾ ਪੰਜਾਬ ਨੂੰ ਸਾਫ ਮਿਲੇ ਸਤਵੀਰ ਵਾਲੇ ਤੁਹਾਡਾ ਬਹੁਤ ਧੰਨਵਾਦ ਤਾਰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਮਨਪ੍ਰੀਤ ਸਿੰਘ ਬਣੀ ਸਿੰਘ ਤੁਹਾਡਾ ਬਹੁਤ ਧੰਨਵਾਦ ਦੀ ਤੁਹਾਡਾ ਬਹੁਤ ਧੰਨਵਾਦ ਅਖੀਰ ਵਿੱਚ ਮੈਂ ਤੁਹਾਨੂੰ ਵਕਤ ਨਹੀਂ ਦੇ ਸਕਿਆ ਪਰ ਸਵਾਲ ਇਹ ਹੈਗਾ ਕਿ ਵਕਤ ਬਹੁਤ ਮਿਲਿਆ ਹੈਗਾ ਲੋਕ ਇੰਤਜ਼ਾਰ ਕਰ ਰਹੇ ਇਨਸਾਫ ਕਦੋਂ ਮਿਲੇਗਾ ਕਿਸ ਦੀ ਹਿੰਮਤ ਜਵਾਬ ਦੇ ਰਹੀ ਹੈਗੀ ਸਾਡਾ ਸਵਾਲ ਉੱਥੇ ਹੈਗਾ ਇਕੱਲਾ ਹਿੰਮਤ ਸਿੰਘ ਦੀ ਹਿੰਮਤ ਮੁੱਕਰ ਗਈ ਹੈ ਉਸ 'ਤੇ ਨਾ ਰੁਕ ਜਾਈਏ ਅਸਲ ਵਿੱਚ ਇਹ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ ਤੱਥ ਕੀ ਹੈ ਕਿ ਉਹਨਾਂ 'ਤੇ ਕਾਰਵਾਈ ਕੀ ਹੋਵੇਗੀ ਉਹਨਾਂ 'ਤੇ ਕੀ ਕੁਛ ਕਰੇਗੀ ਸਰਕਾਰ ਸਰਕਾਰ 'ਤੇ ਸਾਰੇ ਨਜ਼ਰ ਹੈਗੀ ਹੈ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋਵੇਗਾ ਉਦੋਂ ਪਤਾ ਲੱਗ ਜਾਏਗਾ ਕਿ ਇਸ ਦੀ ਮਨਸ਼ਾ ਵਿੱਚ ਦਮ ਹੈਗਾ ਬਹੁਤ ਧੰਨਵਾਦ